पग पंकज बंदन पग पंकज बंदन सिमरो अंगद दोख निकंदन अमरदास गुर हिर दैत्यामो हिर दैत्यामो श्री गुरु रामदास गुण गामो श्री अर्जन बिघ्नन के नाशक बिघ्नन के नाशक श्री हर गोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु देव बहादुर परम केर पाला परम केर पाला श्री गुरु गोबिंद सिंह बिसाला गुरु तेग बहादुर परम केर पाला परम केर पाला श्री गुरु गोबिंद सिंह विशाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब दो कर अनुराग सतगुर मम बेरी कटहो निज बेरी पर चार एह बेरी होए पाव सफल बिन बेरी कर पार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालक चावर छत्र तखत दे मालक राजन के राजा महाराजन के महाराजा लोक परलोक के रखेक सबना दा भला करन वाले मेरा करन वाले बख्शिशा करन वाले बख्शेंद सच्चे पातशाह सर्व सुखां दे दाते सतगुरु अंतरजामी मेहरबान दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह गरीब नवाज जबर छत्र तखत दे मालक तन तन सतगुरु तन तन श्री गुरु ग्रंथ साहिब जी महाराज तन तन श्री गुरु ग्रंथ साहिब जी महाराज सारे ही प्रेम नाल कहो जी तन तन श्री गुरु ग्रंथ साहिब जी महाराज तन तन श्री गुरु ग्रंथ साहिब जी महाराज हजूर महाराज जी दी हजूरी विच सज के गुरु प्यारियां पासों
ਗੁਰਬਾਣੀ ਦਾ ਰਸ ਪੀਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਆਏ ਸੰਤ ਪ੍ਰਹੁਣੇ ਕੀਰਤਨ ਹੋਆ ਰਹਿਣ ਸਬਾਈ, ਜਿਹਦੇ ਵਿੱਚ ਭਗਤ ਸੈਣ ਜੀ ਦਾ ਜੀਵਨ ਉਹ ਆਪ ਜੀ ਨੂੰ ਦਰਸਾ ਰਹੇ ਸਨ। ਗੁਰੂ ਕੇ ਰਾਗੀ ਸਿੰਘ ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਦੋਵੇਂ ਹੱਥ ਜੋੜੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੀਸ ਝੁਕਾਵੋ ਤੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਫਿਰ ਖੇਚਲ ਕਰੋ, ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਮਾਤ ਪਿਤਾ ਹਰਿਰਾਇਆ, ਮੇਰਾ ਮਾਤ ਪਿਤਾ ਹਰਿਰਾਇਆ, ਮਾਤ ਪਿਤਾ ਹਰਿਰਾਇਆ, ਮੇਰਾ ਮਾਤ ਪਿਤਾ ਹਰਿਰਾਇਆ, ਮਾਤ ਪਿਤਾ ਹਰਿਰਾਇਆ, ਮੇਰਾ ਮਾਤ ਪਿਤਾ ਹਰਿਰਾਇਆ, ਮਾਤ ਪਿਤਾ ਹਰਿਰਾਇਆ, ਮੇਰਾ ਮਾਤ ਪਿਤਾ ਹਰਿਰਾਇਆ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸੁਣ ਰਹੇ ਹੋ। ਸੰਗਤ ਜੀ, ਕੱਲ੍ਹ ਤੁਸੀਂ ਸੁਣਿਆ ਭਾਈ ਭਗਤੂ ਜੀ ਨੂੰ ਮਿਲਿਆ ਕੁੱਪੀ ਵਾਲਾ, ਤੇ ਕੁੱਪੀ ਵਾਲੇ ਦਾ ਜੀਵਨ ਬਦਲ ਗਿਆ, ਫੇਰੀ ਵਾਲੇ ਦਾ ਜੀਵਨ ਬਦਲ ਗਿਆ। ਘਰ ਜਾ ਕੇ ਵੇਖੀ ਕੁੱਪੀ, ਜਿਹੜੇ ਗੁਰੂ ਕੇ ਸਿੱਖਾਂ ਨੇ ਘਿਓ ਛਕਿਆ ਸੀ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਕੁੱਪੀ ਵਾਪਸ ਫਿਰ ਦੁਬਾਰਾ ਨੱਕੋ ਨੱਕ ਭਰੀ ਸੀਗੀ ਜੀ। ਕੁੱਪੀ ਵਾਲਾ ਬੜਾ ਹੀ ਪ੍ਰਭਾਵਿਤ ਹੋਇਆ, ਫੇਰੀ ਵਾਲਾ ਭਾਈ ਭਾਈ ਭਗਤੂ ਜੀ ਦੇ ਆ ਕੇ ਚਰਨਾਂ ਵਿੱਚ ਪੈ ਗਿਆ। ਭਾਈ ਭਗਤੂ ਜੀ ਨੇ ਇਹ ਗੱਲ ਆਖੀ ਵੀ ਭਾਈ ਮੈਂ ਕੁਝ ਵੀ ਨਹੀਂ ਹੈਗਾ, ਜੋ ਵੀ ਹਨ ਮੇਰੇ ਸਤਿਗੁਰੂ ਜੀ ਹਨ, ਸਤਿਗੁਰੂ ਨੇ ਮੇਰੇ ਸ੍ਰੀ ਗੁਰੂ ਹਰਿਰਾਏ ਸਾਹਿਬ, ਜੇ ਤੂੰ ਚਾਹੁੰਦਾ ਹੈ ਵੀ ਤੇਰਾ ਭਲਾ ਤੇ ਤੂੰ ਭਾਈ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ਰਨ ਵਿੱਚ ਚਲੇ ਜਾ ਜੀ। ਕੁੱਪੀ ਵਾਲਾ ਭਾਈ ਕਹਿਣ ਲੱਗਾ ਭਾਈ ਸਾਹਿਬ ਮੈਨੂੰ ਨਾਲ ਹੀ ਲੈ ਜਾਓ ਗੁਰਮੁਖੋ। ਉਹ ਫਿਰ ਭਾਈ ਸਾਹਿਬ ਜੀ ਦੇ ਨਾਲ ਗਿਆ, ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕੀਤੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਪਾਸ ਬੈਠ ਗਿਆ। ਮਹਾਰਾਜ ਕਹਿੰਦੇ ਆਓ ਭਾਈ ਭਗਤੂ ਪਰਉਪਕਾਰੀ ਜੀ, ਕਿਹਨੂੰ ਨਾਲ ਲੈ ਕੇ ਆਏ ਹੋ? ਦੱਸਿਆ ਮਹਾਰਾਜ ਇਹ ਤੁਹਾਡਾ ਸਿੱਖ ਬਣਨਾ ਚਾਹੁੰਦਾ, ਇਹ ਸਾਰਾ ਕੁਝ ਕੱਲ੍ਹ ਤੁਸੀਂ ਸਰਵਣ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸਨੂੰ ਚਰਨ ਪੌਲ ਦੇ ਕੇ ਸਿੱਖ ਬਣਾਇਆ। ਪੁੱਛਿਆ ਤੇਰਾ ਪਹਿਲਾ ਨਾਮ ਕੀ ਹੈ? ਆਖਿਆ ਜੀ ਮੇਰਾ ਨਾਮ ਸੰਗਤੀਆ, ਕੰਮ ਮੇਰਾ ਫੇਰੀ ਲਾਉਣਾ, ਇੱਕ ਦੋ ਪਿੰਡਾਂ ਵਿੱਚ ਫੇਰੀ ਲਾ ਕੇ ਮੈਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਫੇਰੀ ਲਾ ਲਾ ਕੇ ਤੁਸੀਂ ਗੁਜ਼ਾਰਾ ਕਰਦੇ ਹੋ, ਅੱਜ ਤੋਂ ਬਾਅਦ ਤੁਹਾਡਾ ਨਾਮ ਫੇਰੂ ਹੋਏਗਾ। ਕਹਿਣ ਲੱਗੇ ਜੀ ਗੁਰੂ ਸਾਹਿਬ ਨੇ ਉਸ ਸਿੱਖ ਦਾ ਨਾਮ ਹੀ ਫੇਰੂ ਰੱਖ ਦਿੱਤਾ ਜੀ, ਭਾਈ ਫੇਰੂ ਜੀ। ਆਖਿਆ ਹੁਣ ਤੂੰ ਫੇਰੀਆਂ ਨਹੀਂ ਲਾਉਣੀਆਂ, ਹੁਣ ਲੰਗਰ ਲਾਉਣਾ। ਕਹਿਣ ਲੱਗੇ ਇਹ ਪ੍ਰਸੰਗ ਤੁਸੀਂ ਕੱਲ੍ਹ ਸਰਵਣ ਕੀਤਾ ਸੀ, ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਗਲਾ ਇਤਿਹਾਸ ਆਪਾਂ ਸਰਵਣ ਕਰਨਾ। ਸੰਗਤ ਜੀ ਬੜੇ ਪ੍ਰੇਮ ਨਾਲ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਨੇਮ ਜਿਹੜਾ ਸੀਗਾ ਉਹ ਬੜਾ ਅਸਚਰਜ ਸੀਗਾ ਜੀ। 100 ਘੜੇ ਗੁਰੂ ਕੇ ਸਿੱਖ ਜਲ ਭਰ ਕੇ ਲੈ ਕੇ ਆਉਂਦੇ ਸੀਗੇ, ਸਤਿਗੁਰੂ 100 ਘੜਿਆਂ ਦੇ ਨਾਲ ਇਸ਼ਨਾਨ ਕਰਦੇ ਹੁੰਦੇ ਸੀਗੇ ਜੀ। 100 ਘੜਿਆਂ ਦੇ ਜਲ ਦੇ ਨਾਲ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਇਸ਼ਨਾਨ ਕਰਨਾ। ਵੱਡਾ ਜਾਮਾ ਸੱਚੇ ਪਾਤਸ਼ਾਹ ਪਾਉਂਦੇ ਹੁੰਦੇ ਸੀ, ਵੱਡਾ ਚੋਲਾ ਜੀ, ਹਾਂਜੀ ਚੋਲਾ ਵੱਡਾ ਪਾਉਣਾ, ਜਿਹੜੀਆਂ ਕਈ ਕਲੀਆਂ ਹੁੰਦੀਆਂ ਸਨ ਜੀ, ਹਾਂਜੀ। ਅਤੇ ਸੱਚੇ ਪਾਤਸ਼ਾਹ ਮਹਾਰਾਜ ਨਾ ਜੀ ਚੋਲੇ ਨੂੰ ਸਾਂਭ ਕੇ ਤੁਰਦੇ ਹੁੰਦੇ ਸੀਗੇ ਜੀ, ਉਹ ਜਿਹੜੇ ਫੁੱਲ ਟੁੱਟਣ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਿਆ ਦਿੱਤੀ ਸੀ ਨਾ ਜੀ, ਸਾਰੀ ਉਮਰ ਹੀ ਸੱਚੇ ਪਾਤਸ਼ਾਹ ਮਹਾਰਾਜ ਚੋਲਾ ਸਾਂਭ ਕੇ ਤੁਰੇ ਜੀ, ਦਾਮਨ ਸੰਕੋਚ ਕੇ ਚੱਲਦੇ ਰਹੇ। ਬੇਅੰਤ ਸੰਗਤਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਪਰਸਨ ਕਰਦੀਆਂ। ਸੱਚੇ ਪਾਤਸ਼ਾਹ ਮਹਾਰਾਜ ਦਸਤਾਰ ਅਤੇ ਹੀਰਿਆਂ ਦੇ ਨਾਲ ਜੜ੍ਹ 'ਤੇ ਇੱਕ ਕਲਗੀ ਸਜਾਉਂਦੇ ਜੀ, ਜਿਹੜੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਬਾ ਭਾਨਾ ਜੀ ਨੇ ਭੇਟਾ ਕੀਤੀ ਸੀਗੀ ਜੀ, ਜਦੋਂ ਉਹ ਗੁਰਤਾ ਗੱਦੀ 'ਤੇ ਸੱਜੇ ਸੀਗੇ ਜੀ।
ਉਹ ਕਲਗੀ ਸੱਚੇ ਪਾਤਸ਼ਾਹ ਮਹਾਰਾਜ ਦਸਤਾਰ ਤੇ ਸਜਾ ਕੇ ਰੱਖ ਦੇ। ਸੋਨੇ ਦੀ ਮੁੱਠ ਵਾਲਾ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥ ਵਿੱਚ ਪਕੜ ਕੇ ਰੱਖਦੇ ਨੇ, ਕਈ ਵਾਰੀ ਕਮਰ ਕੱਸੇ ਵੀ ਲਾ ਲੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਨੇ ਜੀ। ਇਹ ਸਾਰਾ ਇਤਿਹਾਸ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਬੜਾ ਸੁਹਾਵਣਾ ਹੈ। ਜਿਹੜਾ ਜਿਹੜਾ ਗੁਰਮੁਖ ਪਿਆਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਦਾ ਸੀ, ਦਰਸ਼ਨ ਕਰਕੇ ਉਹਦੇ ਮਨ ਨੂੰ ਜਿੱਥੇ ਸ਼ਾਂਤੀ ਪ੍ਰਾਪਤ ਹੁੰਦੀ ਸੀ, ਉੱਥੇ ਸ਼ੁੱਭ ਮਤ ਵੀ ਉਹਨੂੰ ਪ੍ਰਾਪਤ ਹੁੰਦੀ ਸੀਗੀ ਜੀ। ਨਾਲੇ ਗੁਰੂ ਜੀ ਦੇ ਦਰਸ਼ਨ ਕਰਨੇ ਅਤੇ ਨਾਲੇ ਚੰਗੀ ਮਤ ਗੁਰੂ ਜੀ ਦੇ ਕੋਲੋਂ ਲੈਣੀ। ਇਹ ਹੁਣ ਗੁਰੂ ਜੀ ਦਾ ਅਗਲਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰੋ। ਸੱਚੇ ਪਾਤਸ਼ਾਹ ਸੰਗਤਾਂ ਨੂੰ ਉਪਦੇਸ਼ ਕਰਦੇ ਹੁੰਦੇ ਸੀ, ਸੰਗਤ ਜੀ ਵਾਹਿਗੁਰੂ ਵਾਹਿਗੁਰੂ ਜਪ ਕੇ ਅਤੇ ਭਗਤੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਅਤੇ ਵਿਕਾਰਾਂ ਨੂੰ ਆਪਣੇ ਆਪ ਤੋਂ ਦੂਰ ਕਰਨ ਦਾ ਯਤਨ ਕਰਨਾ ਜੀ, ਔਗੁਣਾਂ ਨੂੰ ਆਪਣੇ ਅੰਦਰੋਂ ਕੱਢਣ ਦਾ ਯਤਨ ਕਰਨਾ ਅਤੇ ਭਗਤੀ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰਨਾ ਜੀ। ਆਪਾਂ ਇੱਕ ਗੱਲ ਸੰਸਾਰੀ ਜੀਵ ਹਾਂ ਜੀ, ਆਪਾਂ ਇੱਕ ਗੱਲ ਪੱਕੀ ਸੁਣੀਏ ਵੀ ਅਤੇ ਵਿਚਾਰੀਏ ਵੀ ਆਪਾਂ ਭਗਤੀ ਨੂੰ ਆਪਣੇ ਅੰਦਰ ਕਿੰਨਾ ਕੁ ਟਿਕਾਇਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਕਿੰਨੇ ਕੁ ਗੁਰੂ ਸ਼ਬਦ ਦੀ ਕਮਾਈ ਕਰਨੀ ਸ਼ੁਰੂ ਕੀਤੀ ਹੈ, ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨਾ ਸ਼ੁਰੂ ਕੀਤਾ ਹੈ, ਧਿਆਨ ਨਾਲ ਗੁਰਬਾਣੀ ਨੂੰ ਪੜ੍ਹ ਕੇ ਉਹਦੇ ਉੱਤੇ ਚੱਲਣ ਦਾ ਯਤਨ ਕੀਤਾ ਜੀ। ਕਿੰਨਾ ਕੁ ਜਪ ਤਪ ਭਜਨ ਬੰਦਗੀ ਕਰਦੇ ਹਾਂ, ਇਹ ਆਪਾਂ ਆਪ ਵਿਚਾਰ ਕਰਨੀ ਹੈ। ਭਗਤੀ ਨੂੰ ਕਿੰਨਾ ਕੁ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਜੀ। ਮਹਾਰਾਜ ਨੇ ਕਿਹਾ ਭਾਈ ਭਗਤੀ ਨੂੰ ਹਿਰਦੇ ਵਿੱਚ ਧਾਰਨ ਕਰੋ ਅਤੇ ਔਗੁਣ ਨੂੰ ਛੱਡਣ ਦਾ ਯਤਨ ਕਰੋ ਜੀ। ਹੁਣ ਅੱਗੋਂ ਕਥਾ ਸੁਣੋ ਸਾਰੀ ਸੰਗਤ, ਜੋੜੋ ਦੋਵੇਂ ਹੱਥ, ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਆਖੋ ਜੀ ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ਼ੋਭਾ ਸ੍ਰੀ ਸਤਿਗੁਰੂ ਕੀ, ਜਗ ਭੀ ਵਿਸਤਾਰੇ। ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਸ਼ੋਭਾ ਆਪ ਜੀ ਨੇ ਸੁਣਿਆ, ਪੂਰੇ ਜਗਤ ਵਿੱਚ ਸਾਧ ਸੰਗਤ ਜੀ ਫੈਲ ਚੁੱਕੀ ਸੀਗੀ ਜੀ। ਪਿਛਲੇ ਦਿਨ ਹੀ ਭਾਈ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਵੀ ਸੂਰਜ ਚੜ੍ਹ ਗਿਆ ਹੋਵੇ ਅਤੇ ਸੂਰਜ ਨੂੰ ਆਪਣੀ ਮਸ਼ਹੂਰੀ ਕਰਨ ਦੀ ਲੋੜ ਨਹੀਂ ਹੈਗੀ, ਦੁਨੀਆਂ ਨੂੰ ਪਤਾ ਲੱਗ ਜਾਂਦਾ ਜੀ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੋਭਾ, ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਾਰੇ ਜਗਤ ਵਿੱਚ ਫੈਲ ਚੁੱਕੀ ਹੈ ਜੀ। ਹਾਂਜੀ, ਸਰਬ ਨਿਧ ਸਰਬ ਸਿੱਧ ਨੌ ਨਿਧ, ਜੇ ਠਾਂਡੀ ਰਹਿ ਦੁਆਰੇ, ਤੇ 18 ਸਿੱਧੀਆਂ ਤੇ 9 ਨਿਧੀਆਂ ਜੀ। ਹਾਂਜੀ, ਇਹ ਕੁੱਲ ਕੁ ਸ਼ਕਤੀਆਂ ਇੰਨੀਆਂ ਕੀ ਹੈਗੀਆਂ ਜੀ, 9 ਨਿਧੀਆਂ ਤੇ 18 ਸਿੱਧੀਆਂ। ਹਰ ਵਕਤ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਜੀ। ਮਹਾਰਾਜ ਸਾਨੂੰ ਕੋਈ ਹੁਕਮ ਕਰੋ, ਅਸੀਂ ਤੁਹਾਡੀ ਸੇਵਾ ਕਰੀਏ। ਗੁਰਮੁਖੋ, ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਬਹੁਤ ਵੱਡੇ ਹੈਗੇ ਨਾ ਜੀ, ਗੁਰੂ ਹਰਿਰਾਏ ਸਾਹਿਬ ਜੀ ਦਾ ਨਾਮ ਜਪਣ ਵਾਲੇ ਸਿੱਖਾਂ ਵਿੱਚ ਵੀ ਇਹ ਤਾਕਤ ਹੈਗੀ ਜੀ। ਗੁਰੂ ਘਰ ਵਿੱਚ ਜਿਹੜੇ ਸਿੱਖ ਨੇ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਇਹ ਸ਼ਕਤੀਆਂ ਤੇ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਆ ਕੇ ਖਲੋ ਜਾਂਦੀਆਂ ਜੀ। ਦੱਸੋ ਕੀ ਹੁਕਮ ਹੈ ਸਾਨੂੰ, ਅਸੀਂ ਤੁਹਾਡੀ ਸੇਵਾ ਵਿੱਚ ਲੱਗੀਏ। ਸੋ 18 ਰਿਧੀਆਂ ਵਾਹਿਗੁਰੂ ਸਿੱਧੀਆਂ, 9 ਨਿਧੀਆਂ ਭਾਵ ਰਿਧੀਆਂ ਸਿੱਧੀਆਂ ਤੇ 9 ਨਿਧੀਆਂ ਹਰ ਵਕਤ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਨੇ। ਹਾਂਜੀ, ਹਿੰਦੂ ਤੁਰਕ ਤਾਰੀਫ ਕਰ, ਮਿਲ ਕੇ ਹਰ ਖਾਵੇ। ਕੀ ਹਿੰਦੂ ਤੇ ਕੀ ਮੁਸਲਮਾਨ, ਸਾਰੇ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਅੱਲਾ ਦਾ ਸਰੂਪ ਕਹਿੰਦੇ ਨੇ ਜੀ। ਹਿੰਦੂ ਕਹਿੰਦੇ ਨੇ ਇਹ ਭਗਵਾਨ ਨੇ, ਮੁਸਲਮਾਨ ਕਹਿੰਦੇ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਅੱਲਾ ਦਾ ਰੂਪ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਹਰ ਕੋਈ ਕਰ ਰਿਹਾ ਹੈ। ਹਾਂਜੀ, ਹਿਰਦੇ ਕਰੇ ਜਿਮ ਕਾਮਨਾ, ਸੋ ਤੂਰਨ ਪਾਵੇ। ਦਰਸ਼ਨ ਕਰਕੇ ਕੋਈ ਜੈਸੀ ਵੀ ਭਾਵਨਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖੇ, ਮਹਾਰਾਜ ਜੀ ਉਹਦੀ ਵੈਸੀ ਭਾਵਨਾ ਪੂਰੀ ਕਰ ਦਿੰਦੇ ਸੀਗੇ। ਸੱਚੇ ਪਾਤਸ਼ਾਹ ਜੀ ਦੇ ਕੋਲ ਬੜੇ ਬੜੇ ਮੁਸਲਮਾਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕੇ
ਰੱਬ ਦਾ ਗਿਆਨ ਪ੍ਰਾਪਤ ਕਰਦੇ ਸਨ ਜੀ, ਗੁਰੂ ਜੀ ਦੇ ਦਰਸ਼ਨ ਕਰਦੇ ਅਤੇ ਸੇਵਾ ਕਰਦੇ ਸਨ। ਬੜੇ ਬੜੇ ਹਿੰਦੂ ਵੀ ਆ ਕੇ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਰਦੇ ਅਤੇ ਸਿੱਖਾਂ ਨੇ ਤਾਂ ਰਹਿਣਾ ਹੀ ਗੁਰੂ ਜੀ ਦੇ ਚਰਨਾਂ ਵਿੱਚ ਹੈ ਜੀ। ਹਾਂਜੀ, ਸਾਡੇ ਲੋਕ ਹੀ ਕੱਟੜਤਾ ਕਰੀ ਜਾਂਦੇ ਜੀ, ਸਤਿਗੁਰੂ ਤਾਂ ਸਾਰਿਆਂ ਦੇ ਸਾਂਝੇ ਨੇ ਜੀ, ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਗੁਰੂ ਅਰਜਨ ਸਾਹਿਬ ਜੀ ਦੀਆਂ ਤਾਰੀਫਾਂ ਕਰਦੇ ਨੇ। ਹਰ ਕੋਈ ਆਪਣੇ ਮੁਖ ਤੋਂ ਦਰਸ਼ਨ ਕਰਕੇ ਇੱਕੋ ਗੱਲ ਹੀ ਕਹਿੰਦਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਹਰਿ ਸਾਹਿਬ ਜੀ। ਹਰ ਕੋਈ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿ ਸਾਹਿਬ ਜੀ ਦੀਆਂ ਤਾਰੀਫਾਂ ਮਹਾਰਾਜ ਜੀ ਦਾ ਜਸ ਕਰਦਾ ਹੈ। ਹਾਂਜੀ, ਸਤਿਗੁਰ ਦਾਤਾ ਨਾਮ ਕਾ ਉਪਦੇਸ਼ ਦ੍ਰਿੜੰਤਾ, ਸਤਿਗੁਰ ਦਾਤਾ ਨਾਮ ਕਾ, ਧੰਨ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਮ ਦੇ ਦਾਤੇ ਨੇ ਜੀ, ਨਾਮ ਦੇ ਜੀ। ਹੋਰ ਜਿੱਥੇ ਦਾਤਾਂ ਦੇ ਦਾਤੇ ਨੇ ਉੱਥੇ ਨਾਮ ਦੇ ਦਾਤੇ ਨੇ ਜੀ। ਵਾਹਿਗੁਰੂ ਜੀ ਦਾ ਨਾਮ ਬੰਦੇ ਦੇ ਹਿਰਦੇ ਦੇ ਅੰਦਰ ਟਿਕਾ ਦਿੰਦੇ ਜੀ। ਹਾਂਜੀ, ਕਥਾ ਕਰਨ ਵਾਲਾ ਨਹੀਂ ਜੀ ਟਿਕਾ ਸਕਦਾ, ਗੁਰੂ ਸਾਹਿਬ ਕਿਰਪਾ ਕਰਨ ਤਾਂ ਕਿਸੇ ਦੇ ਹਿਰਦੇ ਵਿੱਚ ਨਾਮ ਟਿਕ ਜਾਵੇ ਜੀ, ਬੈਠ ਜਾਏ ਜੀ, ਉਹਦਾ ਕੰਮ ਹੀ ਇੱਕੋ ਰਹਿ ਜੇ ਜੀ, ਦਿਨ ਰਾਤ ਇੱਕੋ ਗੱਲ ਜਪਣੀ, ਵਾਹਿਗੁਰੂ 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 ਵਾਹਿਗੁਰੂ। ਇਸ ਤਰੀਕੇ ਦੇ ਨਾਲ ਜਿੱਥੇ ਗੁਰੂ ਹਰਿ ਸਾਹਿਬ ਨਾਮ ਦਾ ਉਪਦੇਸ਼ ਦਿੰਦੇ ਨੇ, ਉੱਥੇ ਸਤਿਗੁਰੂ ਆਪ ਆਪਣੀ ਕਿਰਪਾ ਕਰਕੇ ਮਨੁੱਖ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਵੀ ਕਰ ਦਿੰਦੇ ਜੀ। ਹਾਂਜੀ, ਆਨ ਆਨ ਦਰਸ਼ੈ ਬਹੁਤ ਜੋ ਚਹਿ ਸੋ ਲਭੰਤਾ, ਬਸ ਜਿਹੜਾ ਚਾਹੁੰਦਾ ਜੀ ਕੀਰਤਪੁਰ ਸਾਹਿਬ ਆ ਕੇ ਸਤਿਗੁਰੂ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਜੀ। ਉੱਧਰ ਲੰਮਾ ਚੋਲਾ ਪਾਇਆ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਨੇ, ਆਪਣਾ ਜਾਮਾ ਸੰਕੋਚ ਕੇ ਚੱਲਣਾ ਜੀ, ਸਵੇਰੇ ਸ਼ਾਮ ਸੰਗਤ ਨੂੰ ਦਰਸ਼ਨ ਦੇਣੇ ਜੀ। ਹਾਂਜੀ, ਤੇ ਨਾਲ 100 ਘੜਿਆਂ ਦਾ ਜਲ ਦੇ ਨਾਲ ਇਸ਼ਨਾਨ ਹਰ ਰੋਜ਼ ਗੁਰੂ ਜੀ ਨੇ ਕਰਨਾ ਜੀ। ਹਾਂਜੀ, ਇਹ ਇੱਕ ਪ੍ਰਕਾਰ ਦਾ ਉੱਦਮ ਦੀ ਨਿਸ਼ਾਨੀ ਹੈ ਵੀ ਬੰਦਾ ਆਲਸ ਨਾ ਕਰੇ ਜੀ। 100 ਘੜਿਆਂ ਦੇ ਜਲ ਦੇ ਨਾਲ ਇਸ਼ਨਾਨ ਹਰ ਰੋਜ਼ ਕਰਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਹਰ ਇੱਕ ਦਾ ਭਲਾ ਕਰ ਰਹੇ ਨੇ। ਹਾਂਜੀ, ਸ਼ਾਹਜਹਾਂ ਦਿੱਲੀ ਵਿਖੇ ਬੜ ਰਾਜ ਕਮਾਵੇ, ਤੇ ਉੱਧਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਖੁਦ ਜਿੱਥੇ ਰੱਬ ਦੇ ਦਰਸ਼ਨ ਹੋ ਰਹੇ ਨੇ, ਉੱਧਰ ਦਿੱਲੀ ਦੇ ਵਿੱਚ ਸ਼ਾਹਜਹਾਂ ਬਾਦਸ਼ਾਹ ਦਾ ਰਾਜ ਹੈ ਜੀ। ਕੀਰਤਪੁਰ ਸਾਹਿਬ ਵਿੱਚ ਧੰਨ ਸ੍ਰੀ ਗੁਰੂ ਹਰਿ ਸਾਹਿਬ ਜੀ, ਤੇ ਦਿੱਲੀ ਚ ਕੌਣ ਜੀ? ਝੂਠਾ ਰਾਜਾ ਜੀ, ਦਿੱਲੀ ਚ ਸ਼ਾਹਜਹਾਂ। ਹਾਂਜੀ, ਤਿਸਕੇ ਨਿਕਟ ਤਾਰੀਫ ਕਰ ਗੁਰ ਕਹਿ ਬਹੁ ਸੁਨਾਵੇ, ਪਰ ਸ਼ਾਹਜਹਾਂ ਦੇ ਕੋਲ ਵੀ, ਸ਼ਾਹਜਹਾਂ ਦੇ ਲਾਗੇ ਰਹਿਣ ਵਾਲੇ ਜਿਹੜੇ ਬੰਦੇ ਸਨ ਨਾ ਜੀ, ਉਹ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਦੀਆਂ ਤਾਰੀਫਾਂ ਕਰਦੇ ਹੁੰਦੇ ਸੀ। ਉਹਨਾਂ ਦੱਸਣਾ ਸ਼ਾਹਜਹਾਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਉਹਨਾਂ ਦਾ ਪੋਤਰਾ ਗੱਦੀ 'ਤੇ ਬੈਠਾ ਹੈ, ਬੜੇ ਮਹਾਨ ਨੇ, ਜਿਹੜਾ ਦਰਸ਼ਨ ਕਰਦਾ ਉਹ ਨਿਹਾਲ ਹੋ ਜਾਂਦਾ। ਸ਼ਾਹਜਹਾਂ ਬਾਦਸ਼ਾਹ, ਸਾਡੇ ਮੁਸਲਮਾਨ ਵੀਰ ਵੀ ਉਹਨਾਂ ਦੇ ਜਾ ਕੇ ਦਰਸ਼ਨ ਕਰਦੇ ਨੇ। ਹਾਂਜੀ, ਚਾਰ ਪੁੱਤਰ ਤਿਸਕੇ ਭਏ ਬੜ ਦਾਰਸ਼ ਕੋਹਾ, ਤੇ ਸ਼ਾਹਜਹਾਂ ਦਾ ਵੱਡਾ ਪੁੱਤਰ ਹੈ ਨਾ ਜੀ ਜਿਹੜਾ, ਉਹਦਾ ਨਾਮ ਹੈਗਾ ਜੀ ਦਾਰਾ ਸ਼ਕੋਹ। ਹਾਂਜੀ, ਸ਼ਾਹਜਹਾਂ ਦੇ ਵੱਡੇ ਪੁੱਤਰ ਦਾ ਨਾਮ ਹੈ ਦਾਰਾ ਸ਼ਕੋਹ, ਤੇ ਦਾਰਾ ਸ਼ਕੋਹ ਰੱਬ ਦਾ ਨਾਮ ਜਪਣ ਵਾਲਾ ਜੀ, ਦਾਰਾ ਸ਼ਕੋਹ ਭਗਤੀ ਵਾਲਾ ਜੀ, ਦਾਰਾ ਸ਼ਕੋਹ ਸਿਦਕੀ ਬੰਦਾ ਜੀ, ਦਾਰਾ ਸ਼ਕੋਹ ਵਿੱਚ ਰੱਬੀ ਗੁਣ ਹੈਗੇ ਜੀ। ਹਾਂਜੀ, ਦਾਰਾ ਸ਼ਕੋਹ ਬੜਾ ਭਗਤ ਬੰਦਾ ਜੀ। ਹਾਂਜੀ, ਵਲੀਅਹਦ ਕੀਨੋ ਤਿਸੈ ਬਹੁ ਠਾਨਸ ਮੋਹਾ, ਸ਼ਾਹਜਹਾਂ ਨੇ ਵੇਖਿਆ ਉਹਦੇ ਬੱਚੇ ਵਿੱਚ ਬੜੇ ਗੁਣ ਸਨ ਜੀ ਦਾਰਾ ਸ਼ਕੋਹ ਦੇ ਵਿੱਚ, ਇਸ ਕਰਕੇ ਸ਼ਾਹਜਹਾਂ ਨੇ ਇਹ ਗੱਲ ਕੋਸ਼ਿਸ਼ ਕਰ ਦਿੱਤੀ, ਘੋਸ਼ਿਤ ਕਰ ਬਾਅਦ ਦਾਰਾ ਸ਼ਕੋਹ ਮੇਰੀ ਗੱਦੀ 'ਤੇ ਬੈਠੇਗਾ ਜੀ, ਯੁਵਰਾਜ ਬਣਾ ਦਿੱਤਾ ਸ਼ਾਹਜਹਾਂ ਨੂੰ। ਚੰਗੇ ਬੱਚੇ ਵਿੱਚ ਗੁਣ ਹੋਵੇ ਤੇ ਮਾਪੇ ਕਹਿ ਹੀ ਦਿੰਦੇ ਵੀ ਸਾਡੀ ਚੱਲ ਅਚੱਲ ਜਾਇਦਾਦ ਦਾ ਮਾਲਕ ਇਹ ਹੈਗਾ ਜੀ, ਜਿਹਨੂੰ ਮਾਲਕ, ਜਿਸ ਬੱਚੇ ਨੂੰ, ਜਿਸ ਮਾਪਿਆਂ ਨੂੰ ਪਤਾ ਜੀ ਵੀ ਸਾਡਾ ਬੱਚਾ ਸਾਡੀ ਬਣਾਈ ਹੋਈ ਜਾਇਦਾਦ ਨੂੰ ਉੜਾ ਖਰਾਬ ਨਹੀਂ ਕਰੇਗਾ ਬਲਕਿ ਵਧਾਏਗਾ ਜੀ, ਉਜਾੜੇਗਾ ਨਹੀਂ ਜੀ। ਸ਼ਾਹਜਹਾਂ ਨੇ ਦਾਰਾ ਸ਼ਕੋਹ ਨੂੰ
अपने तो बाद राजा घोषित कर दिता भी मेरे तो बाद बादशाह बनेगा जी। हां जी शुजा मोहम्मद दूसरो है त्रिती नोरंगा। शुजा मोहम्मद बादशाह दा दूजा पुत्र है जी। शाहजहां बादशाह दे दूजे पुत्र दा नाम है शुजा मोहम्मद ते तीसरे पुत्र दा नाम हैगा जी। तीसरा पुत्र ते बहुता ही वड्डा पापी सीगा जी इहदा जी शाहजहां दा। जिथे पहला पुत्र बड़ा भगत रब दा नाम जपण वाला उथे तीजा पुत्र बड़ा पापी सीगा जी जिहदा नाम औरंगजेब सीगा जी। औरंगजेब शाहजहां दा पुत्र हैगा जी ते दारा शको ते औरंगजेब दोवे सके भरा हैगे जी। सके भरा गज के आखो वाहेगुरु। हुण एक गल बड़े ध्यान नाल सुनियो गुरमुखो ए वाहेगुरु दी मेहर होवे ते ठीक है जी, नहीं ते जरूरी नहीं हैगा भी दो सके भरा होण ते उहनां दा सुभाव मिलदा होवे जी। बड़े बड़े विगड़े भी सुभाव वाले हैगे जी ते बड़े बड़े चंगे बंदे भी हैगे जी दुनिया ते जी। हुण वेखो वड्डा भरा बड़ा भगत हैगा जी रब दा नाम जपण वाला परमेश्वर दीआं सिफतां करन वाला ते छोटा भरा किड्डा पापी हैगा जी औरंगजेब। हां जी चौथे हुतो मुराद बख्श राखे निज संगा। औरंगजेब तो भी छोटा एक बादशाह दा पुत्र सीगा जी जिहदा नाम साध संगत जी मुराद बख्श सीगा जी। मुराद बख्श औरंगजेब तो भी छोटा सीगा जी। हां जी दारश कोहो विसालसो कर कै उर द्रोहा। नौरंग ने तेह बुरा किए मन धारियो क्रोहा। हुण बड़े ध्यान नाल गल सुनियो गज के आखो वाहेगुरु। जेड़ी तां हैगी ना जी राजनीति जी, बस एक गल पक्की रखो राजनीतिक बंदे वास्ते कोई बाप नहीं हैगा ते कोई भरा नहीं जी हैगा जी। जेड़ा राजनीतिक हैगा जी मैं एक गल कह दिया फिर अगे चलांगा। मस्कीन जी कथा करन दे सन मंजी साहब तो ना गल सुनाई जी। ਉਹ ਕਹਿੰਦੇ ਵੀ ਇੱਕ ਬੱਚਾ ਆਪਣੇ ਬਾਪ ਨੂੰ ਕਹਿੰਦਾ ਵੀ ਮੈਨੂੰ ਰਾਜਨੀਤੀ ਦੇ ਗੁਣ ਸਿਖਾ ਦਿਓ। ਬਾਪ ਕਹਿਣ ਲੱਗਾ ਜਦੋਂ ਮੇਰਾ ਮੂਡ ਬਣੇਗਾ ਮੈਂ ਤੈਨੂੰ ਗੁਣ ਸਿਖਾ ਦਿਆਂਗਾ। ਇੱਕ ਦਿਨ ਬਾਪ ਕਹਿਣ ਲੱਗਾ ਪੁੱਤ ਰੁੱਖ 'ਤੇ ਚੜ੍ਹ ਜਾ। ਉਹ ਕਹਿੰਦਾ ਚੜ੍ਹ ਗਿਆ ਜੀ। ਹਾਂਜੀ ਬੜੀ ਸ਼ਾਬਾਸ਼ੇ ਦੇ ਦੇ ਕੇ ਰੁੱਖ 'ਤੇ ਚੜ੍ਹਾ ਦਿੱਤਾ ਜੀ ਉਹਨੂੰ ਜੀ। ਚੜ੍ਹ ਜਾ ਗੱਲ ਹੀ ਕੋਈ ਨਹੀਂ ਕਹਿਣ ਲੱਗਾ। ਹਾਂਜੀ ਤੇ ਸਾਧ ਸੰਗਤ ਜੀ ਜਦੋਂ ਰੁੱਖ ਤੇ ਪੂਰਾ ਚੜ੍ਹ ਗਿਆ ਨਾ ਜੀ ਪੁੱਤ ਤੇ ਬਾਪੂ ਹੁਣ ਕਹਿੰਦਾ ਵੀ ਪੁੱਤ ਛਾਲ ਮਾਰ ਥੱਲੇ। ਉਹ ਕਹਿੰਦਾ ਪਿਤਾ ਜੀ ਮੈਂ ਥੱਲੇ ਛਾਲ ਮਾਰੀ ਤੇ ਮੇਰੀ ਲੱਤ ਟੁੱਟ ਜਾਏਗੀ। ਉਹ ਕਹਿੰਦਾ ਥੱਲੇ ਮੈਂ ਕਾਹਦੇ ਲਈ ਹੈਗਾ ਤੂੰ ਮਾਰ ਛਾਲ। ਕਹਿਣ ਲੱਗਾ ਪਿਤਾ ਜੀ ਮਾਰਦਿਆਂ। ਕਹਿਣ ਲੱਗਾ ਮਾਰ ਦੇ ਛੋਟੇ ਨੇ ਮਾਰੀ ਛਾਲ ਵਾਹਿਗੁਰੂ। ਹਾਂਜੀ ਜਦੋਂ ਪੁੱਤਰ ਨੇ ਮਾਰੀ ਛਾਲ ਤੇ ਬਾਪ ਜਿਹੜਾ ਕਹਿੰਦਾ ਸੀ ਨਾ ਵੀ ਥੱਲੇ ਮੈਂ ਖਲੋਤਾ ਉਹ ਚੁੱਪ ਕਰਕੇ ਪਿੱਛੇ ਹੋ ਗਿਆ ਜੀ ਤੇ ਪੁੱਤ ਦੀ ਲੱਤ ਤੇ ਸੱਟ ਲੱਗ ਗਈ ਜੀ। ਉਹ ਕਹਿਣ ਲੱਗਾ ਪੁੱਤਰ ਰਾਜਨੀਤੀ ਦਾ ਪਹਿਲਾ ਗੁਣ ਦੱਸ ਰਿਹਾ ਮੈਂ ਤੈਨੂੰ, ਸਕਾ ਪਿਓ ਵੀ ਹੋਵੇ ਤੇ ਉਹਦੇ ਤੇ ਵੀ ਵਿਸ਼ਵਾਸ ਨਹੀਂ ਜੀ ਕਰਨਾ ਜੀ। ਆਪਣਾ ਪਿਓ ਵੀ ਹੋਵੇ ਜੀ ਉਹਦੇ ਤੇ ਵੀ ਵਿਸ਼ਵਾਸ ਨਹੀਂ ਕਰਨਾ, ਰਾਜਨੀਤੀ ਦਾ ਪਹਿਲਾ ਗੁਣ ਹੈਗਾ ਜੀ। ਜਿਹੜੇ ਬੰਦੇ ਸ਼ਾਬਾਸ਼ੇ ਦੇ ਦੇ ਕੇ ਕਈ ਵਾਰੀ ਤਾਂ ਚੜਾ ਦਿੰਦੇ ਉਹ ਠਾਂ ਵੀ ਸੁੱਟ ਦਿੰਦੇ ਜੀ। ਹਾਂਜੀ ਇਹ ਰਾਜਨੀਤਿਕਾਂ ਦੇ ਕੰਮ ਹੈਗੇ ਜੀ, ਰਾਜਨੀਤਿਕਾਂ ਦੇ ਜੀ। ਘਰ ਵਿੱਚ ਰਾਜਨੀਤੀ ਚੱਲਣ ਦੀ ਹੈ। ਵੱਡਾ ਭਰਾ ਦਾਰਾ ਛਕੋ ਰੱਬ ਦੇ ਨਾਮ ਵਾਲਾ ਜੀ। ਹਾਂਜੀ ਤੇ ਜਦੋਂ ਬਾਦਸ਼ਾਹ ਸ਼ਾਹਜਹਾਂ ਨੇ ਆਖਿਆ ਨਾ ਵੀ ਮੈਂ ਇਹਨੂੰ ਰਾਜਾ ਬਣਾ ਦੇਣਾ, ਇਹ ਮੇਰੇ ਤੋਂ ਬਾਅਦ ਵਾਹਿਗੁਰੂ ਬਾਦਸ਼ਾਹ ਬਣੇਗਾ ਤੇ ਫਿਰ ਛੋਟੇ ਔਰੰਗਜ਼ੇਬ ਨੇ ਉਹਨੂੰ ਜਾਨੋ ਹੀ ਮਾਰਨਾ ਚਾਹਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਬੰਦਾ ਡਰਦਾ ਹੀ ਰਹੇ ਜੀ। ਅਰਦਾਸ ਕਰੋ ਇਸ ਦੁਨੀਆਂ ਦੇ ਘਰ ਵਿੱਚ ਜਿੰਨੇ ਵੀ ਘਰ ਨੇ ਨਾ ਜੀ ਤੇ ਜਿੰਨੇ ਘਰਾਂ ਵਿੱਚ ਜਿੰਨੇ ਭਰਾ ਭੈਣ ਭਾਈ ਨੇ ਉਹ ਸਾਰੇ ਆਪਸ ਵਿੱਚ ਸੁੱਖ ਦੇ ਨਾਲ ਰਹਿਣ ਜੀ। ਹਾਂਜੀ ਨਹੀਂ ਤੇ ਵੇਖ ਲਓ ਇਹ ਪ੍ਰਭਤਾ ਤੇ ਗੱਦੀਆਂ ਦੇ ਲਾਲਚ ਕੀ ਕੰਮ ਬੰਦੇ ਕੋਲੋਂ ਕਰਾ ਦਿੰਦੇ ਜੀ। ਸਕੇ ਭਰਾ ਨੂੰ ਹੀ ਵੱਡਾ ਭਰਾ ਜੀ ਔਰੰਗਜ਼ੇਬ ਚਲਾਕੀ ਦੇ ਨਾਲ ਸਕੇ ਭਰਾ ਨੂੰ ਹੀ ਮਰਵਾਉਣ ਦਾ ਯਤਨ ਕਰਨ ਲੱਗ ਪਿਆ ਜੀ। ਹਾਂਜੀ
शेर मुछ कतराए कै चावर मह पाई। कुछ बंदे औरंगजेब दे नाल रल गए जी, नाल रल गए जेड़े ओरे ओरे पक्ष दे सन जी। औरंगजेब शराबी कबाबी सीगा जी, ओनू ओह जे चाहिए सी, ओहो जी पार्टी दे उरे नाल रल गए जी। ते हुण अगों सुनो, औरंगजेब ने शेर दी मुछ दा वाल पहिना हुण किसे कोलों मंगवाया होएगा जी। हाँ जी, पहली गल भी शेर मुछ नूं हथ थोड़ी लाउण दिंदा जी, ते शेर दी मुछ दा वाल लाउणा भी बड़ा औखा जी। पर शेर दी मुछ दा वाल मंगाया जी। हाँ जी, ते चौलां दे विच रला दित्ता जी उहनूं जी। अपने वड्डे भरा नूं मरवाउण वास्ते मैं फिर बेनती करदा, इस संसार विच जिन्हें भी घर ने ते जिन्हां दे भैण भाई ने, सारे हसदे खेडदे रहण ते वसदे रहण जी। हाँ जी, नहीं ते काम बड़ा ही खराब हो जांदा जी। शेर दी मुछ दा वाल अपने भरा नूं चौलां विच मिला के देण दा फुरना बनाया जी। हाँ जी, कह कह तिसके दास को कर दगा खोला ली। ते गुरमुखो वेखो, लालच बंदे नूं कित्थों तक बिगाड़ देंदा जी। दारा शको दे नौकर नूं पैसे दित्ते जी, इन्हें लालच दिता जी, ते दारा शको दे नौकर नूं आखिया भी आ वाल लैणा, निक्का निक्का इहनूं कुतर के ते चौलां विच मिला के ते अपने मालक नूं दे दे जी। ओहनूं आया लालच। हाँ जी, ओहने वाल नूं निक्कियां निक्कियां कीता जी, ते अपने मालक नूं खवा दिता, भाव दारा शको नूं खवा दिते जी। हाँ जी, भयो बड़ो बीमारी तब होए ना उपचारे। ते दारा शको जेड़ा रब दा नाम जपण वाला सीगा जी, औरंगजेब दी चाल सदका बड़ा बीमार हो गया जी। ओ जी, बहुत बीमार हो गया। वाहिगुरु मेहर करे सच्चे पातशाह, वेख लो राजनीति किन्नी माड़ी हैगी जी, पदवियां दा लालच किन्ना माड़ा जे, पदवियां बड़े बड़े चंगे बंदियां नूं भी बिगाड़ देंदियां जी। जेड़ियां पदवियां ने ना जी, ये बड़े बड़े चंगे बंदियां नूं भी बिगाड़ सुट दियां जी। ते औरंगजेब तां है ही पापी ही गा जी शुरू तों ही। हाँ जी, अपने की करन दिया जी। दारा शको जदों चौल खा बैठा जी, ते दारा शको दे पेट अंदर गए शेर दे मुछ दे वाल। हाँ जी, वह बड़े सख्त सीगे जी, जिहदे करके दारा शको बीमार हो गया जी। बीमार हो गया, बड़ा वड्डा रोग लग गया उहनूं जी, ना कुछ खा सकदा सीगा जी, ते ना कोई गलबात जी, पेट विच जखम होण लग पे जी। हाँ जी, होते नजूम हकीम जे कर कर सब हारे। शाहजहां दारा शको नूं बड़ा प्यार करदा सी। शाहजहां ने वड्डे वड्डे हकीम सद ले, भी मैनू नहीं पता मेरा पुत बचना चाहीदा, मेरे तो बाद बादशाह इन्हें बनना, इनू बचाओ। हाँ जी, दिन प्रत दुर्बल होत सो नह मिटे बीमारी। पर वो जेड़े वाल अंदर चले गए ही सख्त, ना कोई चीज पचन देन, ना कोई गल, ना कोई बात, ना कुछ खा सके जी। ओ ते दिनों दिन दारा शको कमजोर हो गया जी, बीमारी भी वधदी गई ते शरीर कमजोर हुंदा गया दारा शको दा जी। वेख लो कैसियां चीजां बनियां जी दुनिया ते जी, है कि जी शेर दी मुछ दा वाल जी, पर अंदर चले गया ते जिउणा औखे करता, दारा शको नूं मरण वाला बना दिता जी उहने जी। हाँ जी, शाहजहां चिंता महा और प्रीत उचारी। शाहजहां बड़ी चिंता विच फस गया, मैं इन्ना वड्डा बादशाह, इन्ने नीम हकीम, मेरे ते इलाज हो ही नहीं रहा, इलाज कोई कामयाब ही नहीं हुंदा जी। हाँ जी, गन हकीम पातशाह के नह चल्यो उपाई। हाँ जी, तब सब हून विचार कै इम गिरा अलाई। सारे नीमा हकीमा ने ना जी शाहजहां नूं हाथ जोड़ के बेनती कीती। शाहजहां एक बेनती करन लगे आ, इहदा बचात हैगा जी। शाहजहां कहन लगा, मैनू नहीं पता मेरा पुत बचना चाहीदा जी, मेरा पुत बचना चाहीदा, भावें कोई भी उपा करो जी। नीम हकीम कहन लगे, बादशाह इहदा एक इलाज है, वह तेनू दस दिने असीं। हाँ जी, हरड़ आए बड तोल की
ਚੌਦੈਂ ਸਰਸਾਹੀ ਇੱਕ ਦੱਸ ਦਿੰਦੇ ਚੀਜ਼ ਤੈਨੂੰ ਚੌਦਾਂ ਸਰਸਾਈ ਦੀ ਹਰੜ ਜੇ ਆ ਜੇ ਤੇ ਜੇ ਛੱਕ ਲੇ ਤੇਰਾ ਭਲਾ ਹੋ ਜਾਏਗਾ ਜੀ। ਹਰੜ ਵਾਹਿਗੁਰੂ ਨੇ ਇੱਕ ਪਰਮੇਸ਼ੁਰ ਦੇ ਖਜ਼ਾਨੇ 'ਚ ਬੜੀਆਂ ਚੀਜ਼ਾਂ ਹੈਗੀਆਂ ਜੀ। ਹਾਂਜੀ ਪਰਮੇਸ਼ੁਰ ਦੇ ਖਜ਼ਾਨੇ 'ਚ ਬਹੁਤ ਚੀਜ਼ਾਂ ਜੀ ਅਤੇ ਪਰਮੇਸ਼ੁਰ ਜੀ ਦੇ ਖਜ਼ਾਨੇ ਵਿੱਚ ਹਰੜ ਵੀ ਹੈਗੀ ਹੈ ਜੀ। ਹਾਂਜੀ ਐਡੀ ਕੁ ਹਰੜ ਹੁੰਦੀ ਜੀ ਬੰਦਾ ਛੱਕ ਲੇ ਜੀ ਅਤੇ ਬੜੀਆਂ ਬੜੀਆਂ ਸਖ਼ਤ ਚੀਜ਼ਾਂ ਜਿਹੜੀਆਂ ਪੇਟ ਵਿੱਚ ਨੇ ਉਹ ਗਲ ਜਾਂਦੀਆਂ ਜੀ। ਹਾਂਜੀ ਇਹ ਨਾੜਾਂ ਸਾਫ਼ ਕਰ ਦਿੰਦੀ ਜੀ ਅੰਦਰ ਦੀਆਂ ਜੀ ਹਰੜ ਜਿਹੜੀ ਹੈਗੀ ਹੈ ਜੀ। ਅਤੇ ਹਰੜ ਆਮ ਹਰੜ ਤਾਂ ਠੀਕ ਸੀਗੀ ਪਰ ਜਿਹਦੀ ਦਾਰਸ਼ਕ ਉਹਨੂੰ ਹਰੜ ਚਾਹੀਦੀ ਹੈ ਨਾ ਜੀ ਉਹ ਚੌਦਾਂ ਸਰਸਾਈ ਦੀ ਚਾਹੀਦੀ ਚੌਦਾਂ ਸਰਸਾਈ ਦੀ ਜੀ। ਅਤੇ ਟੀਕਾਕਾਰਾਂ ਨੇ ਚੌਦਾਂ ਸਰਸਾਈ ਦਾ ਲਿਖਿਆ 28 ਤੋਲੇ ਜੀ ਇੰਨੀ ਚਾਹੀਦੀ ਹੈ। ਹਾਂਜੀ ਇੱਕ ਮਾਸੇ ਕੋ ਲੌਂਗ ਹੋਏ ਅਨਵਾਹੋ ਪਾਈ ਅਤੇ ਇੱਕ ਨੀਮ ਹਕੀਮ ਕਹਿਣ ਲੱਗੇ ਇੱਕ ਹੋਰ ਚੀਜ਼ ਚਾਹੀਦੀ ਇੱਕ ਮਾਸੇ ਦਾ ਲੌਂਗ ਚਾਹੀਦਾ ਇੱਕ ਮਾਸੇ ਦਾ ਲੌਂਗ ਜੀ। ਹੁਣ ਇੱਕ ਮਾਸੇ ਵਿੱਚ ਕਈ ਲੌਂਗ ਚੜ੍ਹ ਜਾਂਦੇ ਜੀ। ਹਾਂਜੀ ਇੱਕ ਮਾਸੇ ਦਾ ਇੱਕ ਲੌਂਗ ਚਾਹੀਦਾ ਭਾਵ ਭਾਰਾ ਹੋਏਗਾ ਜੀ ਉਹ ਬੜਾ ਜੀ। ਇਹ ਜੇ ਚੀਜ਼ਾਂ ਮਿਲ ਜਾਣ ਤੇ ਬਾਦਸ਼ਾਹ ਤੇਰਾ ਪੁੱਤ ਬਚ ਸਕਦਾ। ਹਾਂਜੀ ਇਸ ਅੰਤਰ ਮੁੱਛ ਸ਼ੇਰ ਕੀ ਬਾਹਰ ਨਿਕਸੇ ਹੈ ਉਹ ਚੀਜ਼ਾਂ ਅੰਦਰ ਜਾਣਗੀਆਂ ਤੇ ਤਾਂ ਜਾ ਕੇ ਤੇਰੇ ਪੁੱਤ ਦੇ ਅੰਦਰੋਂ ਸ਼ੇਰ ਦੀ ਮੁੱਛ ਦਾ ਵਾਲ ਬਾਹਰ ਆਏਗਾ ਨਹੀਂ ਤੇ ਉਹਨੇ ਅੰਦਰ ਅੰਦਰ ਕੰਮ ਖਰਾਬ ਕਰੀ ਜਾਣਾ ਤੇ ਦਾਰਸ਼ਕ ਹੋ ਗਿਆ ਕਮਜ਼ੋਰ ਤੇ ਕਮਜ਼ੋਰੀ ਕਰਕੇ ਇਹਦੀ ਜਾਨ ਵੀ ਜਾ ਸਕਦੀ ਹੈ ਜੀ। ਹਾਂਜੀ ਕਮਜ਼ੋਰੀ ਵਿੱਚ ਬੰਦੇ ਦਾ ਕੱਖ ਨਹੀਂ ਰਹਿੰਦਾ ਜੀ। ਹਾਂਜੀ ਨਾ ਬੰਦਾ ਚੰਗੀ ਤਰ੍ਹਾਂ ਤੁਰ ਸਕਦਾ ਨਾ ਫਿਰ ਸਕਦਾ ਨਾ ਗੱਲ ਕਰ ਸਕਦਾ ਜੀ। ਜੇ ਚੀਜ਼ਾਂ ਨਾ ਆਈਆਂ ਹੋ ਸਕਦਾ ਤੁਹਾਡਾ ਪੁੱਤਰ ਰੱਬ ਨੂੰ ਪਿਆਰਾ ਹੋ ਜੇ ਭਾਵ ਉਹਦੀ ਮੌਤ ਹੋ ਜੇ। ਹਾਂਜੀ ਤਬ ਬਿਮਾਰੀ ਜਾਏ ਹੈ ਜਬ ਤਿਸ ਕੋ ਖੈ ਹੈ ਜੇ ਉਹਨਾਂ ਨੂੰ ਖਾ ਲੇ ਜਿਹੜੀਆਂ ਚੀਜ਼ਾਂ ਆਖੀਆਂ ਹਰੜ ਤੇ ਲੌਂਗ ਤੇ ਜਾਨ ਬਚ ਸਕਦੀ ਤੇਰੇ ਬੱਚੇ ਦੀ। ਹਾਂਜੀ ਜੇ ਹਕੀਮ ਹਿਕਮਤ ਮਹਿਤ ਸੋ ਸਕਲ ਕਹੰਤੇ ਇਹ ਗੱਲ ਆਮ ਬੰਦਿਆਂ ਨੇ ਨਹੀਂ ਆਖੀ ਜੀ ਬੜੇ ਬੜੇ ਸਿਆਣੇ ਪੁਰਸ਼ਾਂ ਨੇ ਆਖੀ ਗੱਜ ਕੇ ਆਖੋ ਵਾਹਿਗੁਰੂ। ਆ ਐਲੋਪੈਥੀ ਤੇ ਹੋਣੀ ਚੱਲੀ ਹੈ ਜੀ ਜ਼ਿਆਦਾ ਜੀ ਇਸ ਯੁੱਗ ਵਿੱਚ ਐਲੋਪੈਥੀ ਚੱਲੀ ਹੈ। ਪੁਰਾਣੇ ਗ੍ਰੰਥ ਪੜ੍ਹ ਕੇ ਵੇਖੋ ਰੱਬ ਦੇ ਕੁਦਰਤੀ ਜਿਹੜੇ ਸੌਮੇ ਸਨ ਨਾ ਜੀ ਉਹਨਾਂ ਨੂੰ ਛੱਕ ਕੇ ਹੀ ਬੰਦੇ ਦੇ ਦੁੱਖ ਦੂਰ ਹੋ ਜਾਂਦੇ ਸੀਗੇ ਜੀ। ਹਾਂਜੀ ਹੁਣ ਜਿਸ ਤਰੀਕੇ ਦੀਆਂ ਬਿਮਾਰੀਆਂ ਓਡੇ ਓਡੇ ਵੱਡੀਆਂ ਦਵਾਈਆਂ ਜੀ ਅਤੇ ਜੈਸੀਆਂ ਦਵਾਈਆਂ ਓਡੇ ਓਡੇ ਵੱਡੇ ਰੋਗ ਵੀ ਹੈਗੇ ਜੀ। ਹਾਂਜੀ ਪਹਿਲਾਂ ਇਹ ਚੀਜ਼ਾਂ ਨਾਲ ਬੰਦੇ ਦਾ ਮਸਲਾ ਹੱਲ ਹੋ ਜਾਂਦਾ ਹੁੰਦਾ ਸੀਗਾ ਪਹਿਲਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਵੀ ਬਹੁਤ ਹੁੰਦਾ ਸੀਗਾ ਜੀ। ਹਾਂਜੀ ਨਾ ਹੁਣ ਗਿਆਨ ਰਿਹਾ ਜੀ ਅਤੇ ਨਾ ਹੀ ਬੰਦਾ ਧਿਆਨ ਦਿੰਦਾ ਜੀ ਇਸ ਪਾਸੇ। ਹੁਣ ਸੁਣੋ ਦਾਰਾਸ਼ਕੋ ਦੇ ਬਾਰੇ ਇਹ ਗੱਲ ਆਖੀ ਆਮ ਬੰਦਿਆਂ ਨੇ ਨਹੀਂ ਆਖੀ ਜੀ ਵੱਡੇ ਵੱਡੇ ਹਕੀਮਾਂ ਨੇ ਇਹ ਗੱਲ ਆਖੀ ਜੀ ਵੀ ਬਚੇਗਾ ਤਾਂ ਜਿਹੜੀਆਂ ਚੀਜ਼ਾਂ ਆਖੀਆਂ ਚੌਦਾਂ ਸਰਸਾਈ ਦੀ ਹਰੜ ਅਤੇ ਮਾਸੇ ਦਾ ਲੌਂਗ ਲਿਆ ਦਿਓ। ਹਾਂਜੀ ਸ਼ਾਹਜਹਾਂ ਸੁਣ ਕੇ ਪੱਠੇ ਨਿਜ ਦਾਸ ਤੁਰੰਤੇ ਸ਼ਾਹਜਹਾਂ ਨੂੰ ਮਾਣ ਸੀ ਵੀ ਮੈਂ ਵੀ ਬਾਦਸ਼ਾਹ ਅਤੇ ਮੇਰੀ ਚੱਲਦੀ ਹੈ ਉਹਨੇ ਸਾਰੇ ਆਸੇ ਪਾਸੇ ਆਪਣੇ ਬੰਦੇ ਕਰ ਦਿੱਤੇ ਵੀ ਚੌਦਾਂ ਸਰਸਾਈ ਦੀ ਹਰੜ ਅਤੇ ਮਾਸੇ ਦਾ ਲੌਂਗ ਲੱਭ ਕੇ ਲੈ ਕੇ ਆਓ। ਹਾਂਜੀ ਜਹਾਂ ਜਹਾਂ ਇਹ ਉਪਜਤੀ ਤਜ ਲਗ ਨਰ ਧਾਏ ਜਿੱਥੇ ਜਿੱਥੇ ਇਹ ਚੀਜ਼ਾਂ ਪੈਦਾ ਹੁੰਦੀਆਂ ਜੀ ਜਿੱਥੇ ਜਿੱਥੇ ਲੌਂਗ ਪੈਦਾ ਹੁੰਦੇ ਜੀ ਹਾਂਜੀ ਜਾਂ ਜਿੱਥੇ ਹਰੜਾਂ ਪੈਦਾ ਹੁੰਦੀਆਂ ਨੇ ਜਿਸ ਥਾਂ 'ਤੇ ਹਰੜਾਂ ਦਾ ਸੋਮਾ ਜੀ ਉਹਨਾਂ ਥਾਵਾਂ 'ਤੇ ਬੰਦੇ ਭੇਜੇ ਤੁਹਾਡੇ ਤੋਂ ਕੁਝ ਸਰੀਰ ਬੈਠੇ ਹੋਣਗੇ ਜਿਹਨਾਂ ਆਪਣੀ ਜ਼ਿੰਦਗੀ 'ਚ ਹਰੜ ਵੇਖੀ ਹੋਏਗੀ ਜੀ। ਹਾਂਜੀ ਵੇਖੀ ਜੀ ਹਰੜ ਕਦ ਕੇ ਅੱਖ ਵਾਹਿਗੁਰੂ ਸਿਰ ਹਿਲਾਉਣ ਵਾਲੇ ਦੱਸ ਰਹੇ ਵੀ ਇਹਨਾਂ ਵੇਖੀ ਹੈ ਕਈਆਂ ਵੇਖੀ ਮੈਂ ਖਾਧੀ ਵੀ ਹੈਗੀ ਹੈ ਜੀ। ਹਾਂਜੀ ਸਾਹਮਣੇ ਗੁਰਮੁਖ ਬੈਠੇ ਬਰੀਕ ਕਰਕੇ ਖਵਾਈ ਸੀ ਇਹਨਾਂ ਜੀ ਬੜੀ ਗੁਣਕਾਰੀ ਚੀਜ਼ ਹੈਗੀ ਜੀ ਜਦੋਂ ਬੰਦਾ ਬਹੁਤਾ ਮੋਟਾ ਹੋਈ ਜਾਏ ਨਾ ਜੀ ਅਤੇ ਖਾ ਲਏ ਜੀ ਉਹਦਾ ਲੈਵਲ ਬਰਾਬਰ ਹੋ ਜਾਂਦਾ ਜੀ। ਹਾਂਜੀ ਹੁੰਦੀ ਤਾਂ ਇੱਕ ਸੈਲੀ ਜੀ ਹੈ ਜੀ ਹਾਂਜੀ ਪਰ ਗੁਣ ਬੜੇ ਜੀ ਬੰਦੇ ਦੀ ਆਦਤ ਹੈਗੀ ਮਿੱਠਾ ਖਾਣਾ ਜੀ ਕਸੈਲੀਆਂ ਚੀਜ਼ਾਂ ਨੂੰ ਬੰਦਾ ਮੂੰਹ ਨਹੀਂ ਲਾਉਂਦਾ ਜੀ
ਪਰ ਇਹ ਗੁਣਕਾਰੀ ਵੀ ਹੁੰਦੀਆਂ ਜੀ, ਜਿੱਥੇ ਜਿੱਥੇ ਹਰੜ ਪਾਉਂਦੀ ਸੀ ਉੱਥੇ ਉੱਥੇ ਭੇਜ ਦਿੱਤੇ ਜੀ ਉਹਨੇ ਆਪਣੇ ਬੰਦੇ। ਹਾਂਜੀ, ਲੌਂਗ ਹਰੜ ਇਤੀ ਬੜੀ ਸੋ ਕਹੂੰ ਨਾ ਪਾਏ, ਪਰ ਇੱਕ ਹਰੜ ਏਡੀ ਕੁ ਹੁੰਦੀ ਹੈ ਜੀ। ਹਾਂਜੀ, ਹੁਣ ਇੰਨੀ ਬੜੀ ਹਰੜ ਨਾ ਜੀ, ਇੰਨੀ ਵੱਡੀ ਹਰੜ ਨਾ ਲੱਭੇ ਜੀ 14 ਸਰਸਾਈ ਦੀ ਜੀ। ਹਾਂਜੀ, ਇੰਨੀ ਵੱਡੀ ਹਰੜ ਨਾ ਲੱਭੇ ਤੇ ਨਾ ਇੰਨਾ ਵੱਡਾ ਲੌਂਗ ਲੱਭੇ ਜੀ। ਹਾਂਜੀ, ਬਹੁਤ ਵਲਾਇਤ ਮੈਂ ਫਿਰੇ ਪਰਬਤ ਬਨ ਹੇਰੇ, ਸ਼ਾਹਜਹਾਂ ਦੇ ਭੇਜੇ ਹੋਏ ਬੰਦੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮੇ ਜੀ, ਬੜੇ ਬੜੇ ਦੂਰ ਚਲੇ ਗਏ ਜੀ ਹਰੜ ਲੱਭਣ ਵਾਸਤੇ, ਬੜੀ ਬੜੀ ਦੂਰ ਚਲੇ ਗਏ ਲੌਂਗ ਲੱਭਣ ਵਾਸਤੇ। ਹਾਂਜੀ, ਕਰੇ ਵਪਾਰ ਜਹਾਜ਼ ਕੇ ਜੇ ਫਿਰਤ ਕਨੇਰੇ, ਇੱਥੋਂ ਤੱਕ ਸ਼ਾਹਜਹਾਂ ਬਾਦਸ਼ਾਹ ਕਹਿੰਦਾ ਜਹਾਜ਼ਾਂ 'ਚ ਬੈਠੋ ਅਤੇ ਦੂਰ ਦੂਰ ਦੇਸ਼ਾਂ ਵਿੱਚ ਜਾਓ ਜੀ। ਹਾਂਜੀ, ਭਾਵ ਉਹ ਪਾਣੀ ਵਾਲੇ ਜਹਾਜ਼ ਹੁੰਦੇ ਸੀਗੇ, ਉਹਨਾਂ ਜਹਾਜ਼ਾਂ 'ਚ ਜਾਓ ਅਤੇ ਦੂਰ ਦੂਰ ਜਾ ਕੇ ਪਤਾ ਕਰੋ। ਅੱਜ ਦੀ ਭਾਸ਼ਾ ਵਿੱਚ ਆਖਾਂ ਵੀ ਜਿਹੜੀ ਚੀਜ਼ ਇੰਡੀਆ 'ਚੋਂ ਨਹੀਂ ਲੱਭਦੀ ਇੰਗਲੈਂਡ 'ਚੋਂ ਲੈ ਕੇ ਆਓ, ਪਰ ਉਹ ਚੀਜ਼ ਚਾਹੀਦੀ ਹੈ ਜੀ। ਹੁਣ ਵੀ ਐਸੇ ਬੰਦੇ ਹੈਗੇ ਜੀ, ਕਈਆਂ ਦੀਆਂ ਦਵਾਈਆਂ ਉੱਥੋਂ ਆਉਂਦੀਆਂ ਜੀ। ਹਾਂਜੀ, ਕਹਿਣ ਲੱਗਾ ਦੂਰ ਦੂਰ ਜਾਓ ਤੇ ਲੱਭ ਕੇ ਲੈ ਕੇ ਆਓ, ਮੈਨੂੰ ਨਹੀਂ ਪਤਾ। ਹਾਂਜੀ, ਅਵਨੀ ਮੰਡਲ ਮੈਂ ਫਿਰੈ ਕਿਤ ਹੱਥ ਨਾ ਆਈ, ਪਰ ਗੱਜ ਕੇ ਆਖੋ ਵਾਹਿਗੁਰੂ। ਸ਼ਾਹਜਹਾਂ ਨੂੰ ਆਪਣੀ ਬਾਦਸ਼ਾਹੀ ਦਾ ਮਾਣ ਸੀਗਾ ਜੀ, ਪਰ ਰੱਬ ਵੱਡਿਆਂ ਵੱਡਿਆਂ ਦੇ ਮਾਣ ਤੋੜ ਦਿੰਦਾ ਜੀ, ਪਰਮੇਸ਼ਰ ਵੱਡਿਆਂ ਵੱਡਿਆਂ ਦੇ ਮਾਣ ਤੋੜ ਦਿੰਦਾ ਜੀ। ਬੜੇ ਬੜੇ ਮਾਨੀ, ਬੜੇ ਬੜੇ ਹੰਕਾਰੀ ਬੰਦੇ, ਉਹਨਾਂ ਦੇ ਵੀ ਹੱਥ ਜੁੜ ਜਾਂਦੇ ਜੀ ਫਿਰ ਜੀ। ਹਾਂਜੀ, ਹੁਣ ਹੋਇਆ ਕੀ ਜੀ, ਭਾਈ ਸੰਤੋਖ ਸਿੰਘ ਜੀ ਦੱਸਦੇ ਬਾਦਸ਼ਾਹ ਨੂੰ ਆਪਣੇ ਬੰਦਿਆਂ 'ਤੇ ਮਾਣ ਸੀ ਵੀ ਹਰੜ ਲੈ ਕੇ ਆਓ, ਪਰ ਕਿਤੋਂ ਨਾ ਹਰੜ ਲੱਭੀ ਅਤੇ ਨਾ ਲੌਂਗ ਹੀ ਲੱਭਿਆ ਜੀ। ਹਾਂਜੀ, ਸ਼ਾਹਜਹਾਨ ਕੋ ਹੋਤ ਨਿਤ ਅਤਿਸ਼ੈ ਦੁਚਤਾਈ, ਉਧਰੋਂ ਦਾਰਾ ਸ਼ਕੋਹ ਬੜਾ ਕਮਜ਼ੋਰ ਹੋਈ ਜਾਵੇ, ਦਾਰਾ ਸ਼ਕੋਹ ਦੀ ਹਾਲਤ ਮਰਨ ਵਰਗੀ ਹੋ ਗਈ ਜੀ। ਸ਼ਾਹਜਹਾਂ ਬੜਾ ਚਿੰਤਤ ਹੋ ਗਿਆ ਵੀ ਹੁਣ ਮੇਰਾ ਪੁੱਤ ਕਿਵੇਂ ਬਚੇਗਾ ਜੀ, ਹੱਦ ਹੋ ਗਈ, ਪੂਰੀ ਦੁਨੀਆਂ ਵਿੱਚ ਹੀ ਇਹ ਚੀਜ਼ ਨਹੀਂ ਲੱਭਣ ਦੀ ਮੈਨੂੰ ਜੀ। ਧਿਆਨ ਨਾਲ ਗੱਲ ਸੁਣਿਓ, ਪੂਰੀ ਦੁਨੀਆਂ ਵਿੱਚ ਹੀ ਨਹੀਂ ਮੈਨੂੰ ਹਰੜ ਤੇ ਲੌਂਗ ਲੱਭਣ ਦਿਆ ਜਿਹੜਾ ਚਾਹੀਦਾ। ਹਾਂਜੀ, ਹੋਤ ਵਜ਼ੀਰ ਸੋ ਸ਼ਾਹ ਕੋ ਗੁਰ ਸਿੱਖਣ ਪਾਸੇ, ਹਾਂਜੀ, ਕਰਾਮਾਤ ਸਾਹਿਬ ਗੁਰੂ ਸੁਣ ਭਇਓ ਹੁਲਾਸੇ। ਗੁਰਮੁਖੋ ਹੁਣ ਸੁਣੋ, ਬਾਦਸ਼ਾਹ ਸ਼ਾਹਜਹਾਂ ਦਾ ਜਿਹੜਾ ਵਜ਼ੀਰ ਹੈ ਉਹਦਾ ਨਾਮ ਵਜ਼ੀਰ ਖਾਂ ਜੀ, ਉਹਨੂੰ ਗੁਰੂ ਘਰ ਦੀ ਵਡਿਆਈ ਦਾ ਪਤਾ, ਜਿਹੜੀ ਚੀਜ਼ ਕਿਤੋਂ ਨਾ ਮਿਲੇ ਉਹ ਗੁਰੂ ਘਰੋਂ ਪ੍ਰਾਪਤ ਹੋ ਜਾਂਦੀ ਜੀ, ਉਹ ਗੁਰੂ ਜੀ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਜਾਂਦੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਕੜੀ ਧਿਆਨ ਨਾਲ ਗੱਲ ਸੁਣਿਓ। ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਤਿੰਨ ਸੰਗ ਲੜਾਈ, ਪਰ ਹੁਣ ਕਰੇ ਕੀ ਸ਼ਾਹਜਹਾਂ, ਇਹ ਚੀਜ਼ਾਂ ਕਿਵੇਂ ਮੰਗੇ ਗੁਰੂ ਘਰੋਂ ਜੀ, ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੇ ਲੜਾਈਆਂ ਕਰਦਾ ਰਿਹਾ, ਜੰਗ ਯੁੱਧ ਕਰਦਾ ਰਿਹਾ ਉਹ। ਹਾਂਜੀ, ਕਰਤ ਰਹੇ ਹੋ ਬਹੁ ਸ਼ਾਹ ਜੋ ਕਰਿਓ ਨਾ ਬਨ ਆਈ, ਸ਼ਾਹਜਹਾਂ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਣੀ ਨਹੀਂ ਜੀ ਬਿਲਕੁਲ ਜੀ, ਗੁਰੂ ਜੀ ਦੀ ਤੇ ਸਾਰਿਆਂ ਨਾਲ ਹੀ ਬਣੀ ਹੈ, ਉਹਦੀ ਨਹੀਂ ਬਣੀ ਜੀ, ਜੰਗ ਯੁੱਧ ਹੀ ਕਰਦਾ ਰਿਹਾ ਸੱਚੇ ਪਾਤਸ਼ਾਹ ਨਾਲ। ਹਾਂਜੀ, ਸੋ ਤਨ ਤਜ ਬੈ ਕੁੰਠ ਗੇ ਤਬ ਤਿਨਕੋ ਪੋਤਾ, ਪਰ ਵਜ਼ੀਰ ਖਾਂ ਨੂੰ ਪਤਾ ਲੱਗਾ ਜੀ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਸਰੀਰ ਤਿਆਗ ਗਏ ਨੇ ਤੇ ਗੁਰੂ ਜੀ ਦੀ ਥਾਂ ਤੇ ਗੁਰੂ ਜੀ ਦੇ ਪੋਤਰਾ ਜੀ ਗੱਦੀ ਤੇ ਬੈਠੇ ਨੇ ਜੀ। ਵਜ਼ੀਰ ਖਾਂ ਨੂੰ ਇਸ ਗੱਲ ਦਾ ਪਤਾ ਲੱਗਾ, ਗੁਰਤਾ ਗਾਦੀ ਪਰ ਟਿਕਿਓ ਬੜ ਅਜ਼ਮਤ ਪੋਤਾ, ਤੇ ਇਹ ਵੀ ਪਤਾ ਲੱਗਾ ਵੀ ਬੜੇ ਵੱਡੇ ਅਜ਼ਮਤੀ ਨੇ, ਬੜੀਆਂ ਮਹਾਨ ਸ਼ਕਤੀਆਂ ਦੇ ਮਾਲਕ ਨੇ ਪੋਤਰਾ ਜੀ ਜਿਹੜੇ ਹੁਣ ਗੁਰਤਾ ਗੱਦੀ ਤੇ ਬੈਠੇ ਨੇ। ਹਾਂਜੀ, ਅਸ ਅਨਮੋਲੀ ਵਸਤ ਵੱਡ ਤਿੰਨ ਕੇ ਕਰ ਆਵੈ, ਤੇ ਗੁਰਮੁਖੋ ਉਹਨੂੰ ਪਤਾ ਲੱਗਾ ਵੀ ਗੁਰੂ ਹਰ ਰਾਏ ਸਾਹਿਬ ਜੀ ਨੇ ਦਵਾਖਾਨਾ ਬਣਾਇਆ ਜੀ ਇੱਕ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ, ਸੱਚੇ ਪਾਤਸ਼ਾਹ ਦੇ ਜਿਹੜੇ ਕਾਰਜ ਸਨ ਨਾ ਜੀ ਗੁਰੂ ਹਰ ਰਾਏ ਸਾਹਿਬ ਦੇ, ਕੁਝ ਖਾਸ ਚੀਜ਼ਾਂ ਸਨ ਜੀ। ਇੱਕ ਤੇ ਮਹਾਰਾਜ ਨੇ ਬਣਾਇਆ ਸੀ ਦਵਾਖਾਨਾ ਜੀ, ਸਾਡੇ ਬੰਦਿਆਂ ਦੀ ਢਲਿਆਈ ਕੀਰਤਪੁਰ ਸਾਹਿਬ ਤੇ ਵੱਡੇ ਲੈਵਲ ਤੇ ਦਵਾਖਾਨਾ ਅੱਜ ਵੀ ਹੋਣਾ ਚਾਹੀਦਾ ਸੀ, ਪਰ ਇਹਨਾਂ ਖਤਮ ਕਰ ਸੁੱਟਿਆ ਜੀ। ਉਹ ਬਾਗ ਉਹ ਵੀ ਏਡਾ ਧਿਆਨ ਨਹੀਂ ਦਿੰਦੇ ਜੀ ਇਹ ਲੋਕ ਜੀ। ਪਰ ਸੁਣੋ, ਵੱਡੇ ਪੱਧਰ ਤੇ ਦਵਾਖਾਨਾ ਗੁਰੂ ਜੀ ਨੇ ਬਣਵਾਇਆ ਸੀ,
ਤੇ ਵੱਡੇ ਪੱਧਰ ਤੇ ਇੱਕ ਬਾਗ ਬਣਾਇਆ ਸੀ ਜਿਹਦੇ ਵਿੱਚ ਸੱਚੇ ਪਾਤਸ਼ਾਹ ਸ਼ਿਕਾਰ ਕਰਨ ਗਏ ਹੋਏ ਜੀਵ ਨੂੰ ਲੈ ਕੇ ਆਉਂਦੇ ਸੀਗੇ ਜੀ। ਸ਼ਿਕਾਰ ਕਰਨ ਜਾਂਦੇ ਸੀ ਤੇ ਮਾਰਦੇ ਨਹੀਂ ਸੀ ਹੁੰਦੇ ਕਿਸੇ ਨੂੰ ਜੀ, ਉਹਨੂੰ ਚੁੱਕ ਲਿਆਉਣਾ ਜੀ, ਆਪਣੇ ਬਾਗ ਵਿੱਚ ਰੱਖਣਾ ਜੀ ਤੇ ਉਹਦੀਆਂ ਆਦਤਾਂ ਨੋਟ ਕਰਨੀਆਂ ਜੀ, ਜਾਂ ਜਿਹੜਾ ਬਿਮਾਰ ਵਿਖਣਾ ਉਹਨੂੰ ਲੈ ਆਉਣਾ, ਉਹਦਾ ਇਲਾਜ ਕਰਾਉਣਾ ਜੀ। ਇਹ ਦੋ ਚੀਜ਼ਾਂ ਮਹਾਰਾਜ ਨੇ ਰੱਖੀਆਂ ਜੀ। ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਗ ਵਿੱਚ ਦੱਸਦੇ ਇੱਕ ਪਾਸੇ ਬੜੇ ਬੜੇ ਖੂੰਖਾਰ ਜਾਨਵਰ ਰਹਿੰਦੇ ਸਨ ਤੇ ਦੂਜੇ ਪਾਸੇ ਬੜੇ ਕੋਮਲ ਦਿਲ ਜਾਨਵਰ ਰਹਿੰਦੇ ਹੁੰਦੇ ਸੀਗੇ ਜੀ। ਸਾਰੇ ਇੱਕ ਥਾਂ ਤੇ ਰੱਖ ਬਣਾਈ ਹੁੰਦੀ ਸੀ ਜੀ ਸੱਚੇ ਪਾਤਸ਼ਾਹ ਨੇ। ਹੁਣ ਵਜ਼ੀਰ ਖਾਨ ਨੂੰ ਪਤਾ ਜੀ ਵੀ ਗੁਰੂ ਹਰਿਰਾਏ ਸਾਹਿਬ ਜੀ ਦੇ ਘਰ ਵਿੱਚ ਵੱਡਾ ਇੱਕ ਦਵਾਖਾਨਾ ਜੀ। ਹਾਂਜੀ, ਸੇਵਕ ਹੋਏ ਜਾਚਨ ਕਰੇ ਕਹਿ ਬਿਨੇ ਪਠਾਵੇ। ਇਹ ਜਿਹੜੀਆਂ ਅਨਮੋਲ ਵਸਤੂਆਂ ਜਿਹੜੀਆਂ ਸਾਰੇ ਸੰਸਾਰ ਵਿੱਚ ਕਿਤੋਂ ਨਹੀਂ ਲੱਭੀਆਂ ਜੀ, 14 ਸਰਸਾਈ ਦੀ ਹਰੜ, ਇੱਕ ਮਾਸੇ ਦਾ ਲੌਂਗ, ਇਹ ਜ਼ਰੂਰ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੋਂ ਮਿਲਣਗੀਆਂ ਜੀ। ਪਰ ਹੁਣ ਕਰੇ ਕੀ, ਸ਼ਾਹਜਹਾਂ ਦਾ ਸੁਭਾਅ ਝਗੜਾਲੂ ਹੈਗਾ ਜੀ, ਗੁਰੂ ਘਰ ਦੇ ਨਾਲ ਉਹਦੀ ਬਣੀ ਕੋਈ ਨਹੀਂ। ਅਤੇ ਨੀਮ ਹਕੀਮ ਆ ਕੇ ਵਜ਼ੀਰ ਖਾਨ ਨੂੰ ਕਹਿਣ ਲੱਗੇ ਵੀ ਵਜ਼ੀਰ ਖਾਨ, ਜੇ ਤੂੰ ਬਾਦਸ਼ਾਹ ਨੂੰ ਆਖੇ ਵੀ ਬਾਦਸ਼ਾਹ ਤੂੰ ਗੁਰੂ ਘਰੋਂ ਵਸਤੂ ਮੰਗ ਲੈ ਤੇ ਬਾਦਸ਼ਾਹ ਦਾ ਬੱਚਾ ਬਚ ਜਾਏਗਾ ਜੀ, ਦਾਰਾ ਸ਼ਕੋ ਬਚ ਜਾਏਗਾ ਜੀ। ਹੁਣ ਬਾਦਸ਼ਾਹ ਨੂੰ ਆਖੇ ਕੌਣ ਜੀ, ਏਡੇ ਵੱਡੇ ਨੂੰ ਦੁਨੀਆਂ ਦਾ ਆਖਰ ਬਾਦਸ਼ਾਹ ਜੀ ਕੌਣ ਆਖੇ ਜੀ, ਵਜ਼ੀਰ ਕਹਿ ਸਕਦਾ ਜੀ। ਹੁਣ ਵਜ਼ੀਰ ਮਨ ਵਿੱਚ ਸੋਚਦਾ ਵੀ ਜਿੰਨਾ ਚਿਰ ਤੱਕ ਇਹਨੇ ਹੰਕਾਰ ਨਾ ਛੱਡਿਆ ਉਨਾ ਚਿਰ ਤੱਕ ਗੁਰੂ ਘਰੋਂ ਵੀ ਪ੍ਰਾਪਤੀ ਨਹੀਂ ਹੋਣੀ ਜੀ। ਗੁਰੂ ਘਰੋਂ ਕੀ, ਮੈਂ ਆਪਾਂ ਵੇਖਦੇ ਹਾਂ ਜੀ ਦੁਨੀਆਂ ਵਿੱਚ ਕਿਤੇ ਵੀ ਚੱਲ ਜਾਈਏ ਹੰਕਾਰ ਛੱਡਾਂਗੇ ਤੇ ਪ੍ਰਾਪਤੀ ਹੋਏਗੀ ਜੀ। ਜਾਈਏ ਕਿਸੇ ਦੁਕਾਨ ਤੇ ਭਾਵੇਂ ਪੈਸੇ ਹੀ ਦੇ ਕੇ ਵਸਤੂ ਲੈਣੀ ਹੋਵੇ, ਦਬਕੇ ਮਾਰ ਮਾਰ ਉਹਨੂੰ ਆਖੀ ਅਗਲਾ ਦਿੰਦਾ ਨਹੀਂ ਜੀ। ਹਾਂਜੀ, ਇੱਜ਼ਤ ਸਭ ਨੂੰ ਪਿਆਰੀ ਜੀ, ਤੇ ਗੁਰੂ ਘਰ ਤੇ ਹੈ ਹੀ ਰੱਬ ਦਾ ਘਰ, ਇੱਥੇ ਤੇ ਰਹਿ ਕੇ ਰਹਿਣਾ ਹੀ ਬੰਦੇ ਨੂੰ ਚੁੱਕ ਕੇ ਚਾਹੀਦਾ ਜੀ। ਵਜ਼ੀਰ ਖਾਂ ਸੋਚਦਾ ਵੀ ਜੇ ਦਾਰਾ ਸ਼ਕੋ ਵਾਸਤੇ ਸ਼ਾਹਜਹਾਂ ਗੁਰੂ ਘਰ ਝੁੱਕ ਜਾਏ, ਸੇਵਕਾਂ ਦੀ ਤਰ੍ਹਾਂ ਵਸਤੂ ਮੰਗੇ ਤੇ ਗੁਰੂ ਹਰਿਰਾਏ ਸਾਹਿਬ ਕਦੀ ਵੀ ਨਾ ਨਹੀਂ ਕਰਨਗੇ ਜੀ। ਹਾਂਜੀ, ਇਮ ਵਜ਼ੀਰ ਨੇ ਸੁਣਿਓ ਜਬ ਨਿਸ਼ਚੈ ਔਰ ਕੀਨਾ। ਹਾਂਜੀ, ਠੀਕ ਬਾਤ ਨੀਕੀ ਅਹੈ ਹੈ ਪੈ ਦੁੱਖ ਹੀਨਾ। ਗੁਰਮੁਖੋ, ਵਜ਼ੀਰ ਖਾਂ ਨੇ ਮਨ ਵਿੱਚ ਵਿਚਾਰ ਕੀਤੀ ਵੀ ਮੈਂ ਆਪਣੇ ਬਾਦਸ਼ਾਹ ਨੂੰ ਆਖ ਹੀ ਦਿਆਂ ਜੀ। ਸੱਚੇ ਬੰਦੇ ਗੱਲ ਕਰ ਜਾਂਦੇ ਜੀ, ਮੈਂ ਆਖ ਹੀ ਦੇਨਾ, ਮੇਰੇ ਗੱਲ ਆਖਿਆ ਜੇ ਸ਼ਾਹਜਹਾਂ ਮੰਨ ਲੇ, ਨੀਵਾਂ ਹੋ ਜੇ ਗੁਰੂ ਹਰਿਰਾਏ ਸਾਹਿਬ ਅੱਗੇ ਤੇ ਉਹਦਾ ਬੱਚਾ ਬਚ ਜਾਏਗਾ, ਦਾਰਾ ਸ਼ਕੋ ਬਚ ਜਾਏਗਾ। ਹਾਂਜੀ, ਤਬ ਵਜ਼ੀਰ ਢਿੱਗ ਸ਼ਾਹ ਕੇ ਹੈ ਅਰਜ਼ ਸੁਣਾਈ। ਗੱਜ ਕੇ ਆਖੋ ਵਾਹਿਗੁਰੂ। ਸਿਆਣਾ ਬੰਦਾ ਸਿਆਣੀ ਗੱਲ ਕਰਦਾ ਜੀ। ਵਜ਼ੀਰ ਖਾਂ ਨੇ ਫਿਰ ਸ਼ਾਹਜਹਾਂ ਕੋਲ ਗਿਆ ਵਜ਼ੀਰ ਖਾਂ ਤੇ ਉਹਨੇ ਜਾ ਕੇ ਬੇਨਤੀ ਕੀਤੀ। ਹਾਂਜੀ, ਸ਼੍ਰੀ ਗੁਰੂ ਹਰਗੋਬਿੰਦ ਕੀ ਬੈਠਿਓ ਤਬ ਥਾਈ। ਕਹਿਣ ਲੱਗਾ ਬਾਦਸ਼ਾਹ, ਦਾਰਾ ਸ਼ਕੋ ਮਰ ਰਿਹਾ, ਅੱਜ ਨਹੀਂ ਤੇ ਕੱਲ ਜੇ ਛੇਤੀ ਛੇਤੀ ਉਹਨੂੰ ਵਸਤੂਆਂ ਨਾ ਮਿਲੀਆਂ ਤੇ ਉਹਨੇ ਮਰ ਜਾਣਾ। ਆਪਾਂ ਸਾਰੇ ਪਾਸਿਓਂ ਵਸਤੂਆਂ ਲਭਾਈਆਂ ਤੇ ਸਾਨੂੰ ਲੱਭੀਆਂ ਨਹੀਂ। ਇੱਕ ਥਾਂ ਹੈ ਜਿੱਥੇ ਉਹ ਵਸਤੂਆਂ ਤੁਹਾਨੂੰ ਮਿਲ ਜਾਣਗੀਆਂ। ਤੇ ਸ਼ਾਹਜਹਾਂ ਕਹਿੰਦਾ ਵੀ ਛੇਤੀ ਦੱਸ ਉਹ ਕਿਹੜੀ ਥਾਂ। ਤੇ ਵਜ਼ੀਰ ਖਾਂ ਨੇ ਦੱਸਿਆ, ਬਾਦਸ਼ਾਹ ਉਹ ਥਾਂ ਗੁਰੂ ਘਰ ਹੈ। ਕਹਿਣ ਲੱਗੇ ਤੇ ਗੁਰੂ ਘਰ ਨਾ ਤੇ ਬਣਦੀ ਨਹੀਂ ਉਹਦੀ ਜੀ। ਹਾਂਜੀ, ਗੁਰੂ ਘਰ ਉੱਤੇ ਤੇ ਫੌਜਾਂ ਘੱਲਦਾ ਰਿਹਾ ਜੀ ਉਹ। ਪਰ ਵਜ਼ੀਰ ਖਾਂ ਕਹਿਣ ਲੱਗਾ, ਸੁਣੋ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਰੀਰ ਤਿਆਗ ਗਏ ਨੇ ਤੇ ਉਹਨਾਂ ਦੀ ਥਾਂ ਤੇ ਜਿਹੜੇ ਬੈਠੇ ਨੇ ਨਾ, ਹਾਂਜੀ, ਪੋਤਾ ਸ਼੍ਰੀ ਹਰਿਰਾਏ ਜੀ ਬੜ ਅਜ਼ਮਤਵੰਤਾ। ਉਹ ਉਹਨਾਂ ਦੇ ਪੋਤਰਾ ਜੀ ਬੈਠੇ ਨੇ ਤੇ ਉਹਨਾਂ ਦਾ ਨਾਮ ਹੈ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ ਬੜੇ ਵੱਡੇ ਅਜ਼ਮਤਵਾਨ, ਬੜੀ ਵੱਡੀ ਸਮਰੱਥਾ ਦੇ ਮਾਲਕ ਨੇ ਗੁਰੂ ਹਰਿਰਾਏ ਸਾਹਿਬ। ਹਾਂਜੀ, ਸ਼੍ਰੀ ਗੁਰ ਘਰ ਨਿਰਵੈਰ ਹੈ ਦੀਨਨ ਦੁੱਖ ਹੰਤਾ। ਆਹ ਗੱਲ ਦਾ ਚੇਤਾ ਰੱਖਿਓ ਤੇ ਆਪਾਂ ਕਿਸੇ ਨੂੰ ਵੀ ਇਹ ਗੱਲ ਕਹਿ ਸਕਦੇ ਹਾਂ। ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ, ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਗੁਰਮੁਖੋ,
वजीर खां ने गल बड़ी टका के कीती दी। वो कहिंदा बादशाह कोई बंदा गुरु घर नाल वैर करे ते वखरी गल है, पर गुरु घर किसे दे नाल वैर नहीं करदा। कहिंदा कि गुरु घर नहीं वैर करदा, बंदा कोई वैर करे ते गल वखरी है, गुरु घर वैर नहीं करदा किसे दे नाल। श्री गुरु घर निरवैर है, गुरु घर निरवैर है, गुरु घर किसे नाल भी वैर नहीं करदा। इत्थे ते ना को बैरी नहीं बेगाना, सगल संग हम को बने आई। इहदी एक उदाहरण दे के अहीं अगे चलांगे। गुजरात दे विच पिछे जे भूचाल आया जी बड़ा वड्डा जी, बहुत ज़्यादा तबाही होई जी उत्थे। साडा मीडिया नहीं कुछ भी विखाउंदा जी, पर गुरु के सिखां जाके उत्थे लंगर लाए जी। हाँ जी, आ पिछे जे कश्मीर विच बाड़ां आईयां ते गुरु कलगीधर दे सिख गए लंगर लाउण वास्ते जी उत्थे जी। बेशक मीडिया ने कुछ इन्ना विखाया नहीं, भला होवे वट्सएप बनाउण वाले दा, जिथे जिहदे करके बड़े लोगों नूं इस गल दा पता लगा जी। पर जदों गुजरात विच भूचाल आया ना जी, गुजरात विच ते गुरु के सिखां लंगर लाया जी, ते एक बजुर्ग उहदे हथ विच गुरु के सिखां प्रशादा दिता, नाले ते ओ प्रशादा छके ते नाले मोटे मोटे हंजू अपनी अखां चो बाहर कढे जी, नाले ओ रोवे। ते उहनूं गुरु के सिखां ने पुछिया भी गल की, तुसीं रोंदे क्यों? ओ कहिंदा अहीं घरों बेघर हो गए आ, साडे निक्के निक्के मेरे पोतरे मेरे दोतरे होर साडे निक्के निक्के बच्चे रुलण दए ने, ते तुसीं साडे बच्चियां नूं सांभिया ते तुसीं सानूं भी सांभिया। ਉਹ ਕਹਿਣ ਲੱਗੇ ਤੇ ਸਾਰੇ ਲੋਕਾਂ ਨੂੰ ਸਾਂਭਿਆ, ਤੂੰ ਖਾਸ ਰੋਣਿਆ, ਗੱਲ ਕੀ ਹੈ? ਉਹ ਕਹਿੰਦਾ ਫਿਰ ਸੁਣ ਲਓ, ਮੈਂ ਉਹੋ ਹੀ ਪਾਪੀ ਹਾਂ ਦਿੱਲੀ ਦੇ ਵਿੱਚ ਤੁਹਾਡੇ ਭਰਾਵਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਤੁਹਾਡੇ ਭਰਾਵਾਂ ਨੂੰ ਸਾੜਿਆ ਸੀ। ਅਸੀਂ ਕਹਿਣ ਲੱਗਾ ਅਸੀਂ ਉਹੋ ਹੀ ਹਾਂ। ਕਹਿਣ ਲੱਗੇ ਹਾਂਜੀ, ਕੋਈ ਵੈਰ ਕਰ ਲੇ ਜੀ ਗੱਲ ਵੱਖਰੀ ਹੈ, ਪਰ ਗੁਰੂ ਘਰ ਨੀਚੇ ਵੈਰ ਕਰਦਾ ਜੀ, ਤੇ ਨਾ ਹੀ ਗੁਰੂ ਘਰ ਵੈਰ ਕਰਨਾ ਸਿਖਾਉਂਦਾ ਹੀ ਹੈ ਕਿਸੇ ਨੂੰ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਵੀ ਤੁਸੀਂ ਕਿਸੇ ਨਾਲ ਵੈਰ ਕਰੋ, ਇੱਥੇ ਤੇ ਨਾਮ ਜਪਣਾ ਜੀ, ਜਿਹਦੇ ਅੰਦਰ ਨਾਮ ਗਿਆ ਨਿਰਭਉ ਤੇ ਨਿਰਵੈਰ ਉਹਨੇ ਆਪੇ ਹੀ ਬਣ ਜਾਣਾ ਜੀ। ਹਾਂਜੀ, ਜਿਹਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ ਟਿਕ ਗਿਆ ਜੀ। ਹੁਣ ਉਹਨੇ ਇੱਕ ਗੱਲ ਆਖੀ ਜੀ, ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਆਖੀ, ਗੱਲ ਬੜੀ ਵੱਡੀ ਹੈ ਜੀ, ਉਹ ਰਹਿਰਦਾ ਵੇਖੋ। ਉਹ ਕਹਿਣ ਲੱਗਾ ਬਾਦਸ਼ਾਹ ਠੀਕ ਹੈ ਵੈਰ ਰਿਹਾ ਤੁਹਾਡਾ, ਪਰ ਗੁਰੂ ਘਰ ਨਾਲ ਤੁਸੀਂ ਵੈਰ ਕੀਤਾ, ਗੁਰੂ ਘਰ ਨੇ ਤੁਹਾਡੇ ਨਾਲ ਵੈਰ ਨਹੀਂ ਕੀਤਾ। ਕਹਿਣ ਲੱਗੇ ਗੁਰੂ ਘਰ ਨਿਰਵੈਰ ਹੈ, ਸ਼੍ਰੀ ਗੁਰ ਘਰ ਨਿਰਵੈਰ ਹੈ, ਦੀਨਨ ਦੁੱਖ ਹੰਤਾ। ਅਤੇ ਬਾਦਸ਼ਾਹ ਇੱਕ ਗੱਲ ਦਾ ਚੇਤਾ ਰੱਖਿਓ, ਗਰੀਬ ਬਣ ਕੇ ਜੇ ਕੋਈ ਗੁਰੂ ਘਰ ਵਿੱਚ ਜਾਵੇ ਤਾਂ ਗੁਰੂ ਘਰ ਉਹਦਾ ਦੁੱਖ ਵੀ ਦੂਰ ਕਰ ਦਿੰਦਾ ਜੀ, ਗੁਰੂ ਘਰ ਗਰੀਬੀ ਵੀ ਕੱਟ ਦਿੰਦਾ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਤਿੰਨ ਕੇ ਢਿੱਗ ਇਹ ਵਸਤ ਹੈ ਜਾਂ ਚੋਂ ਤਿੰਨ ਪਾਹੀ। ਜਿਹੜੀਆਂ ਵਸਤੂਆਂ ਸੰਸਾਰ ਚੋਂ ਕਿਤੇ ਨਹੀਂ ਮਿਲੀਆਂ ਬਾਦਸ਼ਾਹ, ਉਹ ਵਸਤੂਆਂ ਗੁਰੂ ਘਰ ਵਿੱਚ ਨੇ। ਕਹਿਣ ਲੱਗੇ ਤੇ ਤੁਸੀਂ ਗੁਰੂ ਘਰੋਂ ਜਾ ਕੇ ਉਹ ਵਸਤੂਆਂ ਮੰਗੋ। ਹਾਂਜੀ, ਬੇਨਤੀ ਜੁੱਤ ਲਿਖ ਭੇਜੀਏ ਤਾਜ ਰਿਸ ਉਰਮਾਹੀ। ਤੇ ਬਾਦਸ਼ਾਹ ਕਹਿਣ ਲੱਗਾ ਕਿਵੇਂ? ਫਿਰ ਵਜ਼ੀਰ ਖਾਂ ਕਹਿਣ ਲੱਗਾ ਪਹਿਲਾਂ ਤੇ ਆਪਣਾ ਰਿਸ ਅੰਦਰੋਂ ਕੱਢੋ, ਗੁੱਸਾ ਬਾਹਰ ਕੱਢੋ। ਕਹਿਣ ਲੱਗਾ ਉਹਨਾਂ ਚਿਰ ਗੱਲ ਨਹੀਂ ਬਣੇਗੀ, ਗੁੱਸਾ ਬਾਹਰ ਕੱਢ ਕੇ ਬੇਨਤੀ ਰੂਪ ਵਿੱਚ ਇੱਕ ਪੱਤਰ ਲਿਖੋ ਗੁਰੂ ਹਰਿ ਰਾਏ ਸਾਹਿਬ ਜੀ ਨੂੰ। ਹਾਂਜੀ, ਸ਼ਾਹਜਹਾਂ ਹਰਖਿਓ ਸੁਨਤ ਲਿਖ ਅਰਜ਼ ਪਠਾਈ। ਸ਼ਾਹਜਹਾਂ ਬੜਾ ਖੁਸ਼ ਹੋਇਆ, ਕਹਿਣ ਲੱਗਾ ਮੈਨੂੰ ਮੇਰਾ ਬੱਚਾ ਬਚਣਾ ਚਾਹੀਦਾ। ਤੇ ਉਹਨੇ ਵਜ਼ੀਰ ਖਾਂ ਨੂੰ ਆਖਿਆ, ਵਜ਼ੀਰ ਖਾਂ ਫਿਰ ਵੇਖ ਲੈ, ਮੈਂ ਵੀ ਮੌਕੇ ਦਾ ਬਾਦਸ਼ਾਹ, ਇਹ ਨਾ ਹੋਵੇ ਮੈਂ ਬੇਨਤੀ ਦੀ ਚਿੱਠੀ ਲਿਖਾਂ ਤੇ ਉਹ ਮੇਰੀ ਅੱਗੋਂ ਬੇਨਤੀ ਕਬੂਲ ਹੀ ਨਾ ਕਰਨਾ। ਵਜ਼ੀਰ ਖਾਂ ਕਹਿੰਦਾ ਬਾਦਸ਼ਾਹ ਇਹ ਗੱਲ ਭੁਲਾ ਦੇ, ਕੋਈ ਉੱਥੇ ਜਾ ਕੇ ਬੇਨਤੀ ਕਰੇ ਤੇ ਗੁਰੂ ਘਰ ਦਾ ਸੁਭਾਅ ਹੈ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਜਿਹੜੇ ਸ਼ਰਨ ਆਉਂਦੇ ਉਹਨਾਂ ਨੂੰ ਗਲੇ ਲਾਉਂਦੇ ਗੁਰੂ ਸਾਹਿਬ, ਸ਼ਰਨ ਵਿੱਚ ਤੇ ਜਾਓ। ਫਿਰ ਕਹਿਣ ਲੱਗਾ ਠੀਕ ਹੈ। ਸ਼ਾਹਜਹਾਂ ਸੁਣ ਕੇ ਬੜਾ ਖੁਸ਼ ਹੋਇਆ,
मैं गुरु हरराय साहब नू चिट्ठी लिख देना मेरा बच्चा बच जाएगा जी। हां जी हम पर तुमरे बड़े नित बहु करत भलाई। उन्हें फिर कहन लगा भी चिट्ठी बेच लिख दियो गुरु हरराय साहब नू भी साडे वड्डे तुहाडे वड्डियां दे नाल आपसी सांझ बेच रहे जी। हुण ओह चिट्ठी लिखन लगा जी। हां जी श्री नानक बाबर मिले बख्शी वड्याई। उन्हें चिट्ठी लिखी गुरु हरराय साहब नू गुरु हरराय साहब जी मैं शाहजहां बादशाह तुहाडे चरणां ते नमस्कार करदा हां। वेखो लिखनी पई जी उन्हें चिट्ठी किथे फौजां कल दिंदा हुंदा सीगा। बस रब वड्डियां वड्डियां नू चुका दिंदा जी। बड़े बड़े मानी ते अभिमानी बंदे सीधा ही जमीन ते डिगदे जी आके जी सीधा ही जी। महाराज बाणी च एक बचन कहिंदे जो असमान ना मावनी तिन नक नथां पाए जी। जेड़े इन्ना उच्चा हो के तुरदे ना जी भी इउं महसूस हुंदा भी शायद असमान विच भी ना समाउण जी। एडे उच्चे हो के तुरन रब बहुत वड्डा जी उहनां दे नक विच भी नथ पा के थले लै आउंदा जी उहनां नूं जी। हां जी लिखी चिट्ठी कहिण लगा सतगुरु तुहाडे चरणां ते नमस्कार ਤੁਹਾਡੇ ਤੇ ਖੁਦਾ ਦੀ ਕਿਰਪਾ ਰੱਬ ਦੀ ਮਿਹਰ ਹੈ ਤੁਸੀਂ ਨਿਰਵੈਰ ਹੋ ਕੇ ਵਿਚਰਦੇ ਹੋ ਤੇ ਸਾਡੇ ਵੱਡਿਆਂ ਤੇ ਤੁਹਾਡੇ ਵੱਡਿਆਂ ਨੇ ਬੜੀ ਕਿਰਪਾ ਕੀਤੀ ਦੀ। ਬਾਬਰ ਨੂੰ ਸਾਡੇ ਵੱਡੇ ਬਾਬਰ ਉੱਤੇ ਤੁਹਾਡੇ ਵੱਡੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਹਾਂਜੀ ਅੰਗਦ ਗੁਰੂ ਹਮਾਯੂ ਸੋ ਮੈਂ ਮਿਲੇ ਭਲਾਈ। ਤੇ ਗੁਰੂ ਅੰਗਦ ਸਾਹਿਬ ਨੂੰ ਹਿਮਾਯੂ ਮਿਲਿਆ ਤੇ ਗੁਰੂ ਅੰਗਦ ਸਾਹਿਬ ਨੇ ਹਿਮਾਯੂ ਵਾਹਿਗੁਰੂ ਮਹਾਰਾਜ ਨੇ ਹਿਮਾਯੂ ਤੇ ਕਿਰਪਾ ਕੀਤੀ। ਹਾਂਜੀ ਅਕਬਰ ਸ਼੍ਰੀ ਗੁਰ ਅਮਰ ਸੋ ਮਿਲ ਕਾਰਜ ਸਾਰੇ। ਤੇ ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਦਾ ਰਿਹਾ ਗੁਰੂ ਰਾਮਦਾਸ ਜੀ ਨੂੰ ਮਿਲਦਾ ਰਿਹਾ। ਹਾਂਜੀ ਜਹਾਂਗੀਰ ਅਰਜਨ ਗੁਰੂ ਮਿਲ ਬਚਨ ਉਚਾਰੇ। ਇਹ ਨਹੀਂ ਕਿਹਾ ਵੀ ਸਾਡੇ ਵੱਡਿਆਂ ਦੇ ਰਾਜ ਵਿੱਚ ਤੁਹਾਡੇ ਗੁਰੂ ਦੀ ਸ਼ਹੀਦੀ ਹੋਈ ਜੀ। ਇਹ ਨਹੀਂ ਕਿਹਾ ਕਿਉਂ ਥੋੜਾ ਜਿਹਾ ਸਿਆਸੀ ਵੀ ਹੈ। ਕਹਿਣ ਲੱਗਾ ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਮਿਲਦਾ ਰਿਹਾ ਇੱਥੋਂ ਤੱਕ ਤੁਹਾਡੇ ਪਿਤਾ ਦੇ ਨਾਲ ਮਿਲ ਕੇ ਦਰਬਾਰ ਸਾਹਿਬ ਆਇਆ ਉਹ। ਹਾਂਜੀ ਸ਼੍ਰੀ ਗੁਰੂ ਹਰਗੋਬਿੰਦ ਸੋ ਮਮ ਬਾਦ ਪਇਓ ਹੈ। ਪਰ ਮੇਰਾ ਪਿਤਾ ਤੱਕ ਤੇ ਕੰਮ ਠੀਕ ਸੀ ਸਤਿਗੁਰੂ ਤੁਹਾਡੇ ਦਾਦਾ ਜੀ ਦੇ ਨਾਲ ਮੇਰੀ ਲੜਾਈ ਹੁੰਦੀ ਰਹੀ। ਕਹਿਣ ਲੱਗਾ ਮੇਰੀ ਲੜਾਈ ਹੁੰਦੀ ਰਹੀ ਮੇਰਾ ਝਗੜਾ ਰਿਹਾ ਉਹਨਾਂ ਨਾਲ। ਹਾਂਜੀ ਲੋਕਨ ਪਰ ਕੇ ਬੀਚ ਕੋ ਬਹੁ ਬੀਚ ਕੀਓ ਹੈ। ਪਰ ਮੈਂ ਨਹੀਂ ਕੀਤਾ ਲੋਕਾਂ ਨੇ ਵੈਰ ਪਾਇਆ। ਮੈਂ ਤੇ ਹਮੇਸ਼ਾ ਚਾਹੁੰਦਾ ਸਾਂ ਝਗੜਾ ਨਾ ਹੋਵੇ। ਜਿਹੜੇ ਲੋਕ ਸਨ ਉਹ ਚੁੱਕ ਚੁਕਾ ਕੇ ਸੈਨਾ ਲੈ ਜਾਂਦੇ ਹੈਗੇ ਜੀ। ਪਰ ਇਹ ਵੀ ਤੇ ਸੈਨਾ ਭੇਜਦਾ ਹੀ ਸੀ ਨਾ ਜੀ। ਪਰ ਗੱਲ ਕੀ ਜੀ ਮੇਰਾ ਬੱਚਾ ਬਚ ਦੇ। ਹਾਂਜੀ ਤਾਉ ਨਾ ਮੈਂ ਔਰਕ ਕਰਿਓ ਬੜ ਬੈਰ ਭਰਿਓ ਹੈ। ਹਾਂਜੀ ਤਬ ਮੇਰੋ ਕਾਰਜ ਇਹੀ ਬੜ ਆਨ ਭਰਿਓ ਹੈ। ਫਿਰ ਵੀ ਮੈਂ ਹੁਣ ਵੈਰ ਛੱਡ ਦਿੱਤਾ। ਵਜ਼ੀਰ ਖਾਨ ਨੇ ਕਰੀ ਮਾਫ਼ੀ ਵੀ ਇਹਦੇ ਕੋਲੋਂ ਮੰਗਾਈ ਸੀਗੀ ਜੀ। ਇਹ ਜਿੱਥੇ ਬੈਠਾ ਸੀ ਉੱਧਰ ਹੀ ਇਹਨੇ ਗੁਰੂ ਘਰ ਵੱਲ ਵੇਖ ਕੇ ਮੱਥਾ ਟੇਕ ਕੇ ਮਾਫ਼ੀ ਮੰਗ ਲਈ ਸੀਗੀ ਜੀ। ਹੁਣ ਇਹਨੇ ਚਿੱਠੀ ਲਿਖ ਦਿੱਤੀ ਜੀ ਗੁਰੂ ਹਰਿਰਾਏ ਸਾਹਿਬ ਨੂੰ। ਕਹਿਣ ਲੱਗਾ ਸਤਿਗੁਰੂ ਜੀ ਹੁਣ ਮੈਂ ਵੈਰ ਛੱਡਤਾ ਤੇ ਮੇਰੀ ਬੇਨਤੀ ਹੈ ਮੇਰਾ ਬੱਚਾ ਅੱਜ ਨਹੀਂ ਤੇ ਕੱਲ ਮਰ ਜਾਏਗਾ। ਕਹਿਣ ਲੱਗਾ ਜੇ ਤੁਸੀਂ ਕਿਰਪਾ ਨਾ ਕੀਤੀ ਤਾਂ ਆਹ ਵਸਤੂਆਂ ਚਾਹੀਦੀਆਂ ਨੇ। ਕਿਰਪਾ ਕਰੋ ਜੇ ਤੁਸੀਂ 14 ਸਰਸਾਈ ਦੀ ਹਰੜ ਮਾਸੇ ਦਾ ਲੌਂਗ ਇੱਕ ਹੋਰ ਗੱਲ ਲਿਖੀ ਮੈਂ ਸੁਣਿਆ ਤੁਹਾਡੇ ਕੋਲ ਗੱਜ ਮੋਤੀ ਹੈ। ਗੱਜ ਮੋਤੀ ਕਹਿੰਦੇ ਕਰੋੜਾਂ ਹਾਥੀਆਂ ਤੋਂ ਪਿੱਛੋਂ ਨਾ ਜੀ ਇੱਕ ਹਾਥੀ ਐਸਾ ਆਉਂਦਾ ਜਿਹਦੇ ਮੱਥੇ 'ਚ ਪਰਮੇਸ਼ਰ ਵੱਲੋਂ ਮੋਤੀ ਪਾਇਆ ਜਾਂਦਾ ਜੀ ਇਹ ਦੱਸਦੇ ਨੇ। ਹਾਂਜੀ ਉਹ ਮੋਤੀ ਕਿਤੇ ਗੁਰੂ ਹਰਿਰਾਏ ਸਾਹਿਬ ਦੇ ਕੋਲ ਹੈਗਾ ਸੀ। ਕਹਿਣ ਲੱਗਾ ਮੈਂ ਉਸ ਮੋਤੀ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਕਿਰਪਾ ਕਰੋ ਇਹ ਤਿੰਨ ਚੀਜ਼ਾਂ ਕੱਲ੍ਹ ਦਿਓ ਇੱਕ ਹਰੜ ਇੱਕ ਮਾਸੇ ਦਾ ਲੌਂਗ ਅਤੇ ਇੱਕ ਗੱਜ ਮੋਤੀ ਦੇ ਦਿਓ। ਵੇਖ ਕੇ ਗੱਜ ਮੋਤੀ ਦੇ ਤੇ ਦਰਸ਼ਨ ਕਰਕੇ ਵਾਪਸ ਕਰ ਦਿਆਂਗਾ ਤੁਹਾਨੂੰ ਤੇ ਬਾਕੀ ਚੀਜ਼ਾਂ ਨਾਲ ਮੇਰਾ ਬੱਚਾ ਬਚ ਜਾਏਗਾ। ਨਿਮਰਤਾ ਨਾਲ ਲਿਖੀ ਚਿੱਠੀ ਹੁਣ ਇਹਦਾ ਭੇਜਿਆ ਹੋਇਆ ਬੰਦਾ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਆਏਗਾ। ਵੇਖਣ ਵਾਲੀ ਗੱਲ ਇਹ ਆ ਵੀ ਗੁਰੂ ਹਰਿਰਾਏ ਸਾਹਿਬ ਦਿੰਦੇ ਕਿ ਨਹੀਂ ਦਿੰਦੇ ਜੀ ਇਹਨੂੰ ਜੀ। ਹਾਂਜੀ ਉਹ ਹੁਣ ਆਪਾਂ ਕੱਲ੍ਹ ਦੇ ਪ੍ਰਸੰਗਾਂ ਵਿੱਚ ਸੁਣਾਂਗੇ ਜੀ ਅੱਗੋਂ ਕੀ ਹੁੰਦਾ ਜੀ।
ਚਿੱਠੀ ਲੈ ਕੇ ਘੱਲ ਦਿੱਤੀ। ਅੱਜ ਦੀ ਕਥਾ ਵਿੱਚ ਇੱਕ ਤੇ ਸਿੱਖਿਆ ਲੈਣੀ, ਰਾਜਨੀਤਿਕ ਬੰਦਿਆਂ ਦਾ ਭਰੋਸਾ ਕੋਈ ਨਹੀਂ। ਔਰੰਗਜ਼ੇਬ ਗੱਦੀ ਲੈਣ ਵਾਸਤੇ ਕਿਸ ਤਰੀਕੇ ਨਾਲ ਸਕੇ ਭਰਾ ਦਾ ਨੁਕਸਾਨ ਕਰ ਦਿੱਤਾ ਜੀ ਉਹਨੇ। ਅਤੇ ਦੂਜੀ ਗੱਲ ਇਹ, ਬੜੇ ਬੜੇ ਵੱਡੇ ਮਾਨੀ ਅਤੇ ਅਭਿਮਾਨੀ ਬੰਦੇ, ਵਾਹਿਗੁਰੂ ਮਿਹਰ ਕਰੇ ਜੀ, ਉਹਨਾਂ ਨੂੰ ਵੀ ਝੁਕਣਾ ਪੈਂਦਾ ਜੀ। ਰੱਬ ਮਾਣ ਤੋੜ ਦਿੰਦਾ ਜੀ ਬੰਦੇ ਦਾ ਜੀ। ਹੁਣ ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਸਭ 'ਤੇ ਮਿਹਰ ਕਰਨ, ਸਾਰੀ ਸੰਗਤ ਗੱਜ ਕੇ ਆਖੋ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, 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 ਵਾਹਿਗੁਰੂ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਹਾਂਜੀ, ਇੱਥੇ ਤੇ ਯੁੱਧ ਜੰਗ ਕਰਨ ਵਾਲੇ ਵੀ ਹੱਥ ਜੋੜ ਕੇ ਦਾਤਾਂ ਮੰਗਣ ਗੁਰੂ ਜੀ, ਉਹਨਾਂ ਨੂੰ ਵੀ ਨਿਰਾਸ਼ ਨਹੀਂ ਭੇਜਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਨਿਮਰਤਾ ਦੇ ਨਾਲ ਬਾਦਸ਼ਾਹ ਦਾ ਭੇਜਿਆ ਹੋਇਆ ਬੰਦਾ ਹੁਣ ਕੱਲ੍ਹ ਨੂੰ ਚਿੱਠੀ ਲੈ ਕੇ ਆਏਗਾ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਦੋਵੇਂ ਹੱਥ ਜੋੜੋ, ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।